ਲਈਪ ਕਰੇ ਨਹੀਂ ਹਾਂ ਪੈਣੇ ਓ ਤੂੰ ਪੈਣੇ ਇੱਥੇ ਖੜੀ ਓ ਸੁਖਤਾ ਹੈ ਨਹੀਂ ਸੁਖੀ ਹੈ ਨਿੱਕਾ ਸੋਨੇ ਆਉਣਾ ਉਹਨੂੰ ਦੇਖਦੀ ਸੀ ਨਿੱਕਾ ਸੋਨ ਨਹੀਂ ਇਹ ਕੌਣ ਹੈ ਇਹ ਸਾਡਾ ਜਮਾਈ ਹੋਰ ਕੌਣ ਨਹੀਂ ਪ੍ਰਾਉਣਾ ਨਹੀਂ ਆਹੋ ਗੁੱਡੀ ਦਾ ਪ੍ਰਾਉਣਾ ਉਹ ਆਉਂਦੇ ਨੇ ਉਹ ਥੋੜੀ ਦੀ ਲਾ ਦੱਸ ਕੁੜੇ ਨੇ ਇਹ ਨੂੰ ਜੰਮ ਕੇ ਤਾਂ ਇਹਦੀ ਮਾਂ ਨੇ ਲੰਬਾ ਜਿਹਾ ਲਾਇਆ ਫੇਰ ਤਾਂ ਤੁਸੀਂ ਕੁੜੀ ਵਿਆਹ ਕੇ ਨਿੱਕਾ ਸਿੰਘ ਨੀ ਚਲ ਚੰਗਾ ਮੈਂ ਜਾਣੀਆ ਗਾ ਕਰਤਾ ਦਾ ਚੱਕਾ ਜਾਵਾਂ ਇਹਨੂੰ ਕਹਿੰਦੇ ਨੇ ਡਿਲੀਵਰੀ ਮੰਨਦੀ ਆ ਨਾ ਫੇਰ ਜਾਣਾ ਨੀ ਹਸਪੀਟਲੂ ਮੰਜਾੜਾ ਸੜਾ ਕੋਈ ਕੋਲੋਨੀ ਨਾਂਗ ਜੇ ਮੱਥਾ ਟੇਕਦਾ ਬੇਬੇ ਬੇ ਜਉਂਦਾ ਰਹਿ ਪੁੱਤ ਸ਼ਸ਼ੀਕਲ ਬੇਬੇ ਬਾਲੇ ਲੇਟ ਹੋ ਗਏ ਆ ਪੈਂਚਰ ਪੁੰਚਰ ਹੋ ਗਿਆ ਸੀ ਹਾਂ ਬੇਬੇ ਪੈਂਚਰੀ ਹੋ ਗਿਆ ਸੀ ਬੇ ਪੁੱਤ ਬਸ ਤੇ ਆ ਜਾਂਦਾ ਕਾ ਨੂੰ ਖੇਚਲਾ ਕੀਤੀ ਹੋਰ ਬੇਬੇ ਸਾਰੇ ਠੀਕ ਠਾਕ ਨੇ ਹਾਂ ਪੁੱਤ ਸਾਰੇ ਠੀਕ ਐ ਤੁੰਨ ਡਿੱਕੀ ਜਾਂਦੀ ਸੀ ਹੋਰ ਮੈਂ ਕਦੋਂ ਦੀ ਕਹਿੰਦੀ ਸੀ ਤੇਰੇ ਬਾਪੂ ਨੂੰ ਵੀ ਨਿੱਕਾ ਸੋਂ ਆਊਗਾ ਨਿੱਕਾ ਸੋਂ ਆਊਗਾ ਮਸਈ ਪਹੁੰਚੇ ਹੋ ਤੁਸੀਂ ਚਲ ਆ ਜਾ ਪੁੱਤ ਠੀਕ ਬੇਜੀ ਤੇ ਮਖਾਜੀ ਸੁਣਦੇ ਹੋ ਬੇਜੀ ਤੇ ਦੇ ਪਾਪੇ ਆਪਣਾ ਨਿੱਕਾ ਸੋਂ ਆ ਗਿਆ ਆ ਜਾ ਪੁੱਤ ਆ ਜਾ ਆ ਜਾ ਚੱਲ ਗਏ ਬਲੇ ਬਲੇ ਨੇ ਕਾਸਿਓ ਉਹ ਮੱਥਾ ਟੇਕਦਾ ਬਾਪੂ ਸਿੰਘ ਜੀ ਉਹ ਤੇਰੀ ਦਿੱਸੀ ਕਰ ਲਈ ਹੋ ਠੀਕ ਹੋ ਪਰ ਪਾਈ ਗੁੱਡੀ ਰਾਜੀਆਂ ਕਿਵੇਂ ਪੁਰਾਣੇ ਆ ਵਧੀਆ ਠੀਕ ਆ ਹਾਂ ਹਾਂ ਠੀਕ ਆ ਉਹ ਮੱਥੇ ਹੀ ਟੇਕੇਗਾ ਗਲੇ ਦਾ ਲੱਗ ਨਹੀਂ ਸਕਦਾ ਕਿਉਂਕਿ ਗਲੇ ਮਿਲਣ ਬਾਅਦ ਤੇ ਤੈਨੂੰ ਖਿੱਚ ਕੇ ਬਰਾਬਰ ਕਰਨਾ ਪਊ ਉਹ ਬਾਪੂ ਸਿੰਘ ਜੀ ਮੜਾ ਹਿਸਾਬ ਨਾਲ ਫੇਰ ਵੀ ਪੁਰਾਣਾ ਛੋਡਾ ਉਹ ਪੁਰਾਣੇ ਆ ਉਹ ਗੁੱਸਾ ਨਾ ਕਰੀ ਬਾਪੂ ਦੀ ਗੱਲ ਦਾ ਬਾਪੂ ਦਾ ਸੁਭਾਈ ਮਜ਼ਾਕ ਕੀਆ ਉਹ ਤੈਨੂੰ ਮਜ਼ਾਕ ਕੀਤਾ ਹਾਂ ਤਾਂ ਹੀ ਤਾਂ ਤੇਰੇ ਵਰਗਾ ਮਜ਼ਾਕ ਕੀਤਾ ਹੋਇਆ ਬਾਪੂਰਾ ਨੇ ਅੱਛਾ ਲਾ ਚਲੋ ਆਜੋ ਆਜੋ ਆ ਜਾ ਬੈਠ ਕੇ ਲਿਆਓ ਭਾਈ ਚਾਚੂ ਲਿਆਓ ਚਾਹ ਪਾਣੀ ਲਿਆਓ ਪਰੋਣੇ ਖਾਤਰ ਜਿਉ ਭਾਈ ਤੁਸੀਂ ਅੰਦਰ ਬਹਿ ਜਾਓ ਚਾਹ ਪਾਣੀ ਬਣਾਵੇ ਬੇ ਹੋਰ ਵੀ ਨਿਕਾਸ ਹੈ ਵਧੀਆ ਜੀ ਵਧੀਆ ਜਮਾ ਓਏ ਹੋਰ ਵੀ ਪਰੋਣਾ ਸਾਹਿਬ ਠੀਕ ਠਾਕ ਆ ਗਏ ਹਾਂ ਵਧੀਆ ਠੀਕ ਠਾਕ ਦਿੱਕਤ ਤਾਂ ਨਹੀਂ ਆਈ ਰਸਤੇ 'ਚ ਨਾ ਨਾ ਕੋਈ ਦਿੱਕਤ ਨਹੀਂ ਆਈ ਉਹ ਲਓ ਪਾਣੀ ਪੁੜੀ ਪਰਣਾ ਐਡੀ ਦੂਰੋਂ ਆਇਆ ਲੈ ਪੁੱਤ ਉਹ ਦਲੀਪ ਗੁਰੇ ਉਹ ਤੇਰਾ ਦਿਮਾਗ ਦਾ ਠੀਕ ਆ ਉਹ ਐਡਾ ਗਲਾਸ ਕੀ ਕਰਨਾ ਦੀ ਉਹ ਪੁਰਾਣੇ ਨੇ ਪਾਣੀ ਪੀਣਾ ਨਾਣਾ ਨਹੀਂ ਹੈਗਾ ਉਹ ਕੋਈ ਨਹੀਂ ਬਾਪੂ ਉਹ ਜਿੰਨਾ ਇਹਨੇ ਪੀੜਾ ਹੋੂ ਪੀ ਲੂਗਾ ਤੇ ਬਾਕੀ ਦੇ ਨਾਲ ਮਾਇ ਲਊਗਾ ਕਾ ਨੂੰ ਪੁੱਤ ਮੈਂ ਤਾਂ ਆਖਿਆ ਦੂਰੋਂ ਆਇਆ ਚੱਲ ਕੇ ਤੇ ਲੱਗੀ ਹੋਣੀ ਰੱਜ ਕੇ ਪੀ ਲੂਗਾ ਓ ਬੇਬੇ ਸਿੰਘ ਜੀ ਤੇ ਹਾਇ ਦਾ ਕੀ ਮਤਲਬ ਸਾਡੇ ਘਰੇ ਪਾਣੀ ਨਹੀਂ ਹੈਗਾ ਸਾਡੇ ਤਾਂ ਬਾਰ ਦੇ ਮੂਰੇ ਟੋਬਾ ਤਿੰਨ ਵਾਰ ਨਹੀਂ ਜਾਉਦੇ ਚ ਮੈਂ ਤਾਂ ਹੂੰ ਕਿਹਾ ਪੁੱਤ ਹੂੰ ਕਿਹਾ ਤੂੰ ਤੇ ਹਾਇ ਦੀ ਗੱਲ ਕਰਦੀਆਂ ਰੋਜ਼ ਇੰਨਾ ਪਾਣੀ ਪੀਂਦਾ ਮੈਂ ਲੱਗੇ ਨੇ ਮਜ਼ਾਕ ਕਰਨ ਨਾ ਤੂੰ ਸਾਲਾ ਸਿੰਘ ਜੀ ਕੀ ਕਹਿੰਦਾ ਸੀ ਮੈਂ ਤਿੰਨ ਵਾਰ ਹੀ ਨਾ ਹਣਾ ਤਿੰਨ ਵਾਰੀ ਲੱਗਦਾ ਨਹੀਂ ਲੱਗਦਾ ਨਹੀਂ ਉਮ ਮਜਾਕ ਕਰਦੇ ਤੈਨੂੰ ਮਜਾਕ ਥੱਕਿਆ ਹੋਇਆ ਐ ਰਸਤੇ ਚ ਤਰੀ ਥਕਾਪਟ ਲੈ ਜੂ ਹਾਸੇ ਨਾਲ ਜਾ ਬੇਬੇ ਚਾਚੂ ਬਣਾ ਦੂੰ ਐਨੇ ਖੁੱਲੇ ਜੇ ਭੰਡ ਤੇ ਲੈ ਆਈ ਚਾਹ ਵੀ ਪਰੌਣੇ ਵਾਸਤੇ ਉਹ ਗੁੱਸਾ ਨਹੀਂ ਕਰੀਦਾ ਪਰੌਣਿਆਂ ਉਹ ਜਿੱਤੇ ਤੂੰ ਬੈਠਾ ਕੀ ਕਰਦਾ ਤੂੰ ਮੇਸ਼ੀ ਦੇ ਜਾ ਬਿਸਕੁਟ ਲੈ ਆ ਫੜ ਕੇ ਕਿਹੜੇ ਲਿਆ ਮੈਂ ਬਾਪੂ ਉਹ ਕੁੱਤੇ ਵਾਲੇ ਨਾਲ ਨਹੀਂ ਪਰੌਣੇ ਵਾਲੇ ਲਈ ਕਿਹੜੇ ਲਿਆ ਮੈਂ ਬਾਪੂ ਇਹਨੂੰ ਸਾਰੀ ਉਮਰ ਅਗਲ ਨਹੀਂ ਆਣੀ ਕੁੱਤੇ ਵਾਲੇ ਦਾ ਕੀ ਮਤਲਬ ਆ ਬਾਪੂ ਜੀ ਨਹੀਂ ਕਿਹਾ ਪਰੌਣੇ ਗੁੱਸਾ ਨਾ ਕਰ ਅਦਕ ਉੱਤਰ ਰੱਖਿਆ ਵੈ ਦੀ ਆਪਣਾ ਉਹਦੇ ਬਾਅਦ ਲਿਆਂਦੇ ਦੀ ਬਿਸਕੁਟ ਉਹ ਤਾਂ ਪੁੱਛਦਾ ਤੀ ਮੈਨੂੰ ਆਏ ਦੀ ਕਿਤੇ ਉਹ ਨਾ ਚੱਕ ਲਿਆਵੇ ਬੇਬੇ ਅਨਿੱਕੇ ਨਿੱਕੇ ਦੇ ਇਹਦੇ ਬੈਕਟਾ ਕਾ ਤਾਂ ਮੰਗਾਏ ਨੇ ਇਹ ਤੇਰੇ ਪਰੌਣੇ ਵਾਸਤੇ ਮੰਗਾਇਆ ਉਹ ਵੀ ਤਾਂ ਐਡਾ ਕਹੀ ਬੇਬੇ ਨਹੀਂ ਗੁੱਡੀ ਤੂੰ ਨਿੱਕਾ ਸੋ ਨੂੰ ਘਰੇ ਰੋਟੀ ਨਹੀਂ ਦਿੰਦੀ ਲੈ ਬੇਬੇ ਤਿੰਨੇ ਟਾਈਮ ਰੋਟੀ ਖਾਂਦਾ ਉਹ ਕੀ ਦੱਸਾਂ ਹੁਣ ਮੈਂ ਜੰਨੂ ਮੇਰੀ ਤਾਂ ਰੋਟੀ ਬਣਾਵਨਾ ਕੇ ਮਾਤੀ ਮਾਰੀ ਪਈਆ ਕਿੱਡਾ ਪਤਾ ਨਹੀਂ ਖੂਆ ਉਹਦਾ ਜਿਹੜਾ ਭਰਦਾ ਹੀ ਨਹੀਂ ਹੈਗਾ ਅੱਛਾ ਮੈਂ ਵੀ ਆਖਾਂ ਨਿੱਕਾ ਸੋਦਾ ਕੱਦ ਕਿਉਂ ਨਹੀਂ ਵੱਧਦਾ ਇਕੱਲਾ ਢਿੱਡੇ ਕਿਉਂ ਵਧੇ ਜਾਂਦਾ ਹੁਣ ਪਤਾ ਲੱਗਿਆ ਮੈਨੂੰ ਨੀ ਇਹ ਤਾਂ ਅੰਨ ਦਾ ਬੈਰੀ ਹੈ ਤਾਂ ਹੀ ਚੌੜਾ ਹੋਈ ਜਾਂਦਾ ਪਤਾ ਨਹੀਂ ਬੇਬੇ ਕਿਹੜੇ ਖੂਤ ਸਿੱਟਦਾ ਉਹ ਥੈਲਾ ਆਟੇ ਦਾ 10 ਦਿਨ ਨਹੀਂ ਚੱਲਦਾ ਇਸੇ ਗੱਲ ਦਾ ਡਰਦਾ ਤਾਂ ਨਾ ਕੋਈ ਰਿਸ਼ਤੇਦਾਰ ਸਾਨੂੰ ਘਰੇ ਨਹੀਂ ਸੱਦਦਾ ਫੋਨ ਤੇ ਹਾਲ ਚਾਲ ਪੁੱਛ ਲੈਂਦੇ ਨੇ ਫੇਰ ਤਾਂ ਮੈਂ ਜਿੱਤੇ ਨੂੰ ਕਹਿਣੀ ਆ ਬੇ ਆਟਾ ਬਿਹਾ ਲਿਆ ਕੀ ਪਤਾ ਕਿੰਨੇ ਦਿਨ ਰਹੂਗਾ ਇਹ ਅਬੇ ਬੇ ਉਹ ਬਣ ਗਈ ਰੋਟੀ ਉਹ ਪ੍ਰਾਣਾ ਦਾ ਕਿਉਂਦਾ ਉੱਠੇ ਬੈਠਾ ਕਹਿੰਦਾ ਮੇਰੇ ਤਾਂ ਢਿੱਡ 'ਚ ਚੂਹੇ ਛਾਲਾ ਮਾਰ ਰਹੇ ਨੇ ਹਾਂ ਲੱਗ ਰਹੇ ਆ ਪੁੱਤ ਬਣਾਉਣ ਇਹਨੇ ਤੁਸੀਂ ਗੱਲਾਂ ਕਰੋ ਨਾਲੇ ਉਹਨਾਂ ਪਿੱਗ ਸਿੱਗ ਲਵਾਓ ਇਹਨਾਂ ਨਾਲ ਅਸੀਂ ਰੋਟੀ ਬਣਾ ਲਾਂਗੇ ਤੇਰੇ ਪੁੱਤ ਤੇਰਾ ਬਾਪੂ ਕਿੱਥੇ ਆ ਓਏ ਉਹ ਮੇ ਉੱਥੇ ਬੈਠਾ ਵਿਚਾਰਾ ਸੁਣੀ ਜਾਂਦਾ ਪਰੌਣੇ ਦੀਆਂ ਗੱਲਾਂ ਤੁਸੀਂ ਐ ਕਰੋ ਐਨੇ ਸਲਾਦ ਕੱਟੋ ਉਹਨੂੰ ਹੌਸਲਾ ਹੋ ਜਾਊ ਵੀ ਰੋਟੀ ਆ ਰਹੀ ਏ ਤੂੰ ਰੋਟੀ ਦੇ ਨਾਲ ਹੀ ਲੈ ਜੀ ਸਲਾਦ ਰੋਟੀ ਨਾਲ ਕੀ ਖਾਊਗਾ ਉਹਨੇ ਪਹਿਲੇ ਖਾ ਜਾਣਾ ਸਾਰਾ ਆਹਾਂ ਆ ਵੀ ਗੱਲ ਤੇਰੀ ਠੀਕ ਹੈਗਾ ਖਾਣ ਕੋਥੇ ਆ ਚੱਲ ਮੈਂ ਲਵਾਉਣਾ ਪੈ ਕੇ ਜਾ ਕੇ ਚੱਲ ਤੀਏ ਬਾਪੂ ਸਿੰਘ ਜੀ ਇਹ ਕੀ ਗੱਲਾਂ ਕਰੀ ਜਾਂਦੇ ਹੋ ਮੇਰਾ ਡੈਡੀ ਦਾ 6 ਫੁੱਟ ਦਾ ਜਵਾਨ ਸੀ ਬੇਬੇ 5.5 ਫੁੱਟ ਦੀ ਸੀ ਅੱਛਾ ਬਾਪੂ 6 ਫੁੱਟ ਦਾ ਲੰਬਾ ਬੇਬੇ 5.5 ਫੁੱਟ ਦੀ ਫਿਰ ਤੂੰ ਕਿਵੇਂ ਨਿਕਾ ਰਹਿਗਾ ਨਿਕਾ ਸਿੰਘ ਜੀ ਓਏ ਇਹ ਤਾਂ ਬਹੁਤ ਲੰਬੀ ਕਹਾਣੀ ਆ ਚੱਲ ਤੂੰ ਛੋਟੀ ਕਰਕੇ ਸੁਣਾ ਤੇਰੀ ਜਿੱਡੀ ਬਾਪੂ ਸਿੰਘ ਜੀ ਇਹ ਤੁਸੀਂ ਕਿਸਮਤੀ ਲਾ ਲਓ ਅੱਛਾ ਅੱਛਾ ਹਾਂ ਉਹ ਪਰੌਣੇ ਆ ਹੱਥ ਮੂੰ ਟੋਲਾ ਰੋਟੀ ਬਣੀ ਪਈ ਆ ਓਏ ਹੱਥ ਤੋਂ ਉਹਨੂੰ ਕੀ ਲੱਗਿਆ ਹੁਣ ਤਾਂ ਚਾਹ ਪੀਤੀ ਆ ਤੂੰ ਰੋਟੀ ਪਾ ਲਿਆ ਫੇਰ ਅਸੀਂ ਜਾਣਾ ਵੀ ਆ ਹਾਂ ਚੱਲ ਤੂੰ ਐ ਕਰ ਤੂੰ ਰੋਟੀ ਪਾ ਲਿਆ ਇਹਨਾਂ ਨੇ ਫੇਰ ਜਾਣਾ ਵੀ ਆ ਹੈਨਾ ਔਰ ਓ ਜੀਜਾ ਉਹ ਮੈਂ ਕਹਿੰਦਾ ਰੋਟੀ ਨਾਲੋਂ ਪਹਿਲਾਂ ਪੈਗ ਸ਼ੱਕ ਨਾਲ ਆ ਲਈਏ ਉਹ ਸਾਲਾ ਸਾਹਿਬ ਬਿਨਾ ਪੈਗ ਤੋਂ ਪਰੌਣੇ ਦੀ ਕਿਤੇ ਸੇਵਾ ਹੁੰਦੀ ਹੁੰਦੀ ਆ ਜਾ ਲਿਆ ਹੁਣੇ ਲਿਆ ਵਾਓ ਨਿਕਾ ਸਿੰਘ ਜੀ ਇੱਕ ਗੱਲ ਆ ਜਦ ਵੀ ਤੁਹਾਨੂੰ ਨਾ ਜੀ ਬੋਲਵਾਨਾ ਤੁਹਾਨੂੰ ਨਾਲ ਜੈਤੂਆ ਨਾ ਰੌਣਕਾਂ ਲੱਗ ਜਾਂਦੀਆਂ ਨੇ ਜੇ ਬਾੜੀ ਰੌਣਕਾਂ ਲਵਾਉਣੀਆਂ ਨੇ ਅਸੀਂ 2-4 ਦਿਨ ਹੋਰ ਰਹਿ ਜਾਂਦੇ ਆ ਰੋਟੀਆਂ ਖਾਣੀ ਆ ਇੱਥੇ ਖਾਈ ਜਾਵਾਂਗੇ ਆ ਚੱਕ ਘਰ ਦੀ ਕੱਢੀ ਦਾ ਪਉਆ ਬਸ ਇਹ ਪਉਈ ਉਹ ਤੈਨੂੰ ਤਾਂ ਇਹੀ ਬੋਤਲ ਜਿਨਾ ਲੱਗਣਾ ਪਉਆ ਨਾ ਸਮਝ ਇਹਨੂੰ ਉਹ ਮੈਂ ਸੋਚਿਆ ਜੱਡਾ ਕਿ ਤੂੰ ਓਡਾ ਦਾ ਪਉਆ ਲੈ ਚੱਲਦੇ ਆ ਉਏ ਇਹ ਸੇ ਕਰਕੇ ਮੈਂ ਤੇਰੇ ਮੇਚ ਦਾ ਪਉਆ ਲੈ ਕੇ ਆਇਆ ਲਾ ਆ ਪਿਆ ਸਾਲਾ ਸਿੰਘ ਜੀ ਬਾਲੇ ਮਖੌਲ ਨਹੀਂ ਕਰੀਦੇ ਹੁੰਦੇ ਆਹੀ ਪਉਆ ਪੀ ਕੇ ਮੈਂ ਛੋਡੇ ਟੇ ਖਣੇ ਆਉਣੀ ਆਂ ਉਹ ਛੱਡੋ ਇਹ ਗੱਲ ਅਨੇ ਪੈਗਲਾਂ ਦਾ ਤੂੰ ਸਲਾਦ ਸਦੂਲੇ ਕੱਟ ਕੇ ਹਾਂ ਮੈਂ ਲਿਓ ਨਾ ਕੱਟਤਾ ਹੋਣਾ ਲਾ ਵੀ ਨਿਕਾ ਸਿੰਘ ਆ ਲਾ ਫਿਰ ਨਿਕਾ ਸਿੰਘ ਦੇ ਪੈਗ ਆ ਨਿੱਕੀ ਜੀ ਹੈ ਤੇਰੇ ਜੀ ਠੀਕ ਖਿੱਚਦੇ ਕਰ ਖਿੱਚਦੇ ਨਰਦਾ ਕਿਉਂ ਖਿੱਚ ਖਿੱਚ ਆ ਬੱਲੇ ਬੱਲੇ ਸ਼ਾਬਾਸ਼ ਤਗੜਾ ਵੀ ਪਰੋਣਾ ਟਰਵਾ ਉਹ ਬਸ 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 ਠੀਕ ਆ ਉਹ ਸਾਈਕਲ ਵੀ ਚਲਾਉਣਾ ਆਪਾਂ ਨੇ ਹਾਂ ਹਾਂ ਠੀਕ ਹੈ ਉਹ ਸ਼ੁਕਰਾ ਤੈਨੂੰ ਪਾਉ ਆ ਲਿਆ ਕੇ ਦਿੱਤਾ ਤੈਨੂੰ ਬੋਤਲ ਨਹੀਂ ਲਿਆ ਕੇ ਦਿੱਤੀ ਜੇ ਬੋਤਲ ਲਿਆ ਕੇ ਦਿੱਤਿੰਦੀ ਤੈ ਬਾਹਰ ਜਾ ਕੇ ਬੱਕਰੇ ਬੁਲਾਣੇ ਦੀ ਉਹਨੇ ਕੀਆ ਇੱਕ ਗੱਲ ਦੱਸ ਤੂੰ ਕੈਂਚੀ ਚਲਾਉਣਾ ਦਾ ਸਿੱਖ ਗਿਆ ਉਹ ਡੰਡੇ ਤੇ ਕਦਾ ਆਵੇਂਗਾ ਉਹ ਤੂੰ ਰਹਿਣ ਦੇ ਬਾਪੂ ਕਿਤੇ ਡੰਡਾ ਸਿੱਖਦਾ ਸਿੱਖਦਾ ਕੈਂਚੀ ਤੋਂ ਵੀ ਨਾ ਜਾਵੇ ਉਹ ਕਿਤੇ ਪੈਡਲ ਤੋਂ ਪੈਰ ਤੇ ਲੱਗੇ ਕੇ ਗਰ ਗਿਆ ਨਾ ਆ ਕੁੜੀ ਦੇ ਨਾਲ ਇਹਨੂੰ ਵੀ ਚੱਕ ਕੇ ਲਿਆਉਣਾ ਪਿਆ ਗਰੂ ਉਹ ਤੈਨੂੰ ਪਤਾ ਜਦੋਂ ਪੈਡਲ ਤੋਂ ਪੈਰ ਤੇ ਉਹ ਬੱਸ 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 ਪਤਾ ਮੈਨੂੰ ਪਤਾ ਬਾਪੂ ਸਿੰਘ ਜੀ ਸਿੱਖ ਤਾਂ ਲੈਂਦਾ ਪਰ ਲੱਤਾਂ ਨਹੀਂ ਪਹੁੰਚਦੀਆਂ ਮੇਰੀਆਂ ਇੱਕ ਦੋ ਵਾਰੀ ਮੈਂ ਕੋਸ਼ਿਸ਼ ਵੀ ਕੀਤੀ ਆ ਪਰ ਡੇਪਾ ਦਾ ਮੈਂ ਫਿਰ ਮੈਂ ਸੋਚਿਆ ਪੈ ਕੰਚੀਉ ਚੱਲਣ ਨੂੰ ਕੋਈ ਨਾ ਬਾਪੂ ਜੀ ਅਗਲੀ ਵਾਰ ਜਦੋਂ ਅਸੀਂ ਆਵਾਂਗੇ ਨਾ ਤੁਸ ਤੱਕ ਖੜਖੜ ਕੇ ਵੇਖੋਗੇ ਤੁਸੀਂ ਨਹੀਂ ਸਾਰਾ ਪਿੰਡ ਖੜਖੜ ਕੇ ਵੇਖੂਗਾ ਅਗਲੀ ਵਾਰ ਤੁਹਾਡਾ ਜਵਾਈ ਨਾ ਸਾਈਕਲ ਡੰਡੇ ਤੇ ਚੜ ਕੇ ਚਲਾ ਕੇ ਆਉ ਓਹੋ ਓ ਮੈਨੂੰ ਤਾਂ ਐ ਲੱਗਿਆ ਦੀ ਵੀ ਪੁਰਾਣਾ ਅਗਲੀ ਵਾਰ ਬੰਬੂ ਗਾੜ ਤੇ ਆਊਗਾ ਗੁੱਡੀ ਕਹਦੀ ਡੰਡੇ ਤੇ ਆਊਗਾ ਬੇਨ ਕਸਨ ਖਾਲਾ ਪੁੱਤ ਤੂੰ ਤਾਂ ਕੁਛ ਵੀ ਨਹੀਂ ਖਾਦਾ ਇਹ ਸਾਰਾ ਕੁਸ ਤੇਰੇ ਵਾਸਤੇ ਲਿਆਂਦਾ ਮੈਂ ਪੁੱਤ ਖਾ ਲੈ ਭੁੱਖਾ ਹੋਵੇਂਗਾ ਭੁੱਖੇ ਦਾ ਕੀ ਮਤਲਬ ਹੈ ਬੇ ਬੇਸ਼ੰਗ ਜੀ ਸਾਡੇ ਤਾਂ ਘਰ ਮੂਰੇ ਦੁਕਾਨ ਹੈ ਮੈਂ ਕਦੇ ਕਦੇ ਉੱਥੇ ਜਾ ਖੜਦਾ ਉਹ ਵਿਚਾਰਾ ਟੌਫੀ ਤੇ ਬਿਸਕੁਟ ਕਦੇ ਕਦਾ ਹੀ ਮੈਨੂੰ ਇਹੀ ਫੜਾ ਦਿੰਦਾ ਮੈਂ ਤਾਂ ਖਾਂਦਾ ਹੀ ਰਹਿਣਾ ਆ ਲੈ ਚੱਕ ਕੇ ਆਪਦਾ ਪੁੱਤ ਤੂੰ ਗੁੱਸਾ ਕਰ ਤੂੰ ਕਰਦਾਗਾ ਮੈਂ ਤਾਂ ਐਂ ਆਖਿਆ ਵੀ ਤੜਕੇ ਦਾ ਚੱਲਿਆ ਹੋਵੇਂਗਾ ਭੁੱਖਾ ਹੋਵੇਂਗਾ ਉਹ ਖਾਲਾ ਪਰੌਣਿਆਂ ਖਾ ਲ ਸੰਗਦਾ ਕਦੋਂ ਉਹ ਖਾਲਾ ਪਰੌਣਿਆਂ ਕਿਉਂ ਸੰਗੇ ਜਲ ਹੈ ਉਹ ਤੇਰੇ ਵਾਸਤੇ ਰੱਖਿਆ ਸਾਰਾ ਸਮਾਨ ਹਾਂ ਹਾਂ ਪਰੌਣੇ ਵਾਲੇ ਨੇ ਖਾ ਲ ਖਾਣਾ ਫਿਰ ਬਾਪੂ ਜੀ ਚਾਹ ਮਗਾਓ ਜੀ ਬੇਬੇ ਸਿੰਘ ਜੀ ਚਾਹ ਹੋਰ ਪਾਓ ਚਾਹ ਪਾ ਦੋ ਇਹ ਆ ਲੈ ਉਹ ਬਾਪੂ ਉਹ ਰਣ ਹੋ ਬਾਪੂ ਮੈਨੂੰ ਐ ਲੱਗਦਾ ਮੇਰਾ ਸਾਲਾ ਜਦ ਮੈਂ ਕਈ ਜਲ ਮਾਂ ਦਾ ਭੁੱਖਾ ਹੁੰਦਾ ਉਹ ਚੁੱਪ ਜਿਧਿਆ ਜੇ ਪਰੌਣੇ ਨੇ ਸੁਣ ਲਿਆ ਕਿਤੇ ਗੁੱਸੇ ਹੀ ਨਾ ਕਰ ਜੇ ਮਨਾਉਣਾ ਵੀ ਔਖਾ ਹੋ ਜੂ ਹੈ ਕੋਈ ਨਾ ਚਾਹ ਲਿਆ ਹਾਂ ਹਾਂ ਖਾ ਪਰੌਣੇ ਖਾ ਬਾਪੂ ਜੀ ਨੇ ਚਾਹ ਤਾਂ ਗਈ ਮੋਕ ਹੁਣ ਕਰਾਓ ਰੋਟੀ ਤਿਆਰ ਮੈਨੂੰ ਲਾ ਦੋ ਦਾਤੀ ਨਾਲ ਪੱਖਾ ਮੈਂ ਲੱਗਾ ਸੌਣ ਫਿਰ ਵੀ ਸਾਈਕਲ ਚਲਾ ਕੇ ਲੈ ਕੇ ਆਇਆ ਕਿ ਨਾ ਜਦੋਂ ਰੋਟੀ ਪਾਣੀ ਤਿਆਰ ਹੋ ਗਿਆ ਮੈਨੂੰ ਮਾਰ ਦਿਓ ਆਵਾਜ਼ ਆ ਲੈ ਜੋ ਚੱਕੀ ਠੀਕ ਆ ਭਾਈ ਨਹੀਂ ਤੇ ਲੀਪ ਕੋਰੇ ਨਹੀਂ ਪੜੇ ਕਰੀ ਆ ਨਹੀਂ ਹਾਂ ਪਾਜਨ ਕੋਰੇ ਮੈਂ ਕਰੀ ਆ ਆ ਜਾ ਆ ਜਾ ਆ ਜਾ ਲੰਘਾ ਨੀ ਆ ਗਈ ਆ피 ਮੈਂ ਤਾਂ ਤੇਰੇ ਵੀ ਨਹੀਂ ਆਉਣਾ ਸੀ ਨੇ ਮੈਂ ਆਖਿਆ ਮੈਂ ਡਰਦੀ ਡਰਦੀ ਤੇਰਾ ਪਤੀ ਲੈ ਜਾ ਨੇ ਲੈ ਦੱਸ ਉਹ ਤੁਹਾਡਾ ਭਾਗ ਹੈ ਨਿਕਾ ਜਾ ਨੇ ਕੌਣ ਨੇ ਪ੍ਰਮਾਣ ਨੇ ਹੌਲੀ ਬੋਲ ਨੇ ਚੁੱਪ ਕਰ ਜਾਓ ਸੁਣ ਵੀ ਨਾ ਲਵੇ ਨੇ ਚੱਲ ਛੱਡ ਪਰੋ ਮੈਨੂੰ ਐ ਕਾਤੋਂ ਲੱਗੀ ਜਾਂਦਾ ਨੇ ਜਿੰਮ ਚਿੰਤਾ ਚ ਹੋ ਮੈਂ ਤੂੰ ਚਿੰਤਾ ਚ ਤਾਂ ਮੈਂ ਹੈਗੀ ਆ ਜੀ ਗੁੱਡੀ ਦੇ ਜਵਾਕ ਹੋਣ ਵਾਲਾ ਅੱਛਾ ਮੈਨੂੰ ਤਾਂ ਉਹੀ ਫਿਕਰ ਲੱਗ ਰਹਿਂਦਾ ਨੇ ਜਵਾਬ ਪਰਮਣੇ ਮੰਗੋ ਕਤੇ ਨਿੱਕਾ ਜਾਨਾ ਰਹਿ ਜੀ ਨਹੀਂ ਦੇਖ ਪੈਣੇ ਇਹ ਚਿੰਤਾ ਤਾਂ ਹੋਈ ਜਾਂਦੀ ਐ ਜੇ ਮਾਂ ਪਿਓ ਨੂੰ ਚਿੰਤਾ ਨਾ ਹੋ ਹੋਰ ਕਿ ਬਾਹਰ ਲੈਣ ਨੂੰ ਹੋਊਗੀ ਨਹੀਂ ਫੇਰ ਕਹੇਗੀ ਬੋਲ ਪਿਆ ਤੂੰ ਤਾਂ ਸੱਚੀ ਗੱਲ ਕਹੇ ਵਗੈਰ ਭੈਣੇ ਰਹਿਣਾ ਨਹੀਂ ਜਾਂਦਾ ਸਾਡੀ ਵੀ ਰਿਸ਼ਤੇਦਾਰੀ ਦੇ ਵਿੱਚ ਇੱਕ ਵਾਰੀ ਆਈ ਹੋਇਆ ਮੁੰਡਾ ਐਡਾ ਕੁ ਕੁੜੀ ਸੁਖਨਾ ਮੇਰੇ ਮੰਗੂ ਨਵੇਂਂਦਰ ਹੋਈ ਐਡਾ 6 ਫੁੱਟਾ ਕੱਦ ਜਦੋਂ ਉਹਨੂੰ ਦੇ ਜਵਾਬ ਹੋਇਆ ਐਡਾ ਚੂਹਾ ਜਾਂ ਮਰਿਆ ਜਾਂ ਦੇਖਣ ਨੂੰ ਜੀ ਨਾ ਕਰੇ ਹੈ ਤੇ ਫਿਰ ਸਾਰਾ ਟੱਬਰ ਪਸਤੋਂਦਾ ਸੀ ਵੀ ਆ ਕੀ ਹੋ ਗਿਆ ਲੈ ਦੇਖ ਪੈਣੀ ਸੱਚੀ ਗੱਲ ਤਾਂ ਮੇਰੇ ਮੂੰਹੋਂ ਨਿਕਲੀ ਜਾਂਦੀ ਹੈ ਪਰ ਇੱਕ ਗੱਲ ਹੋਰ ਹੈ ਤੁਸੀਂ ਨਾ ਜਬੀਨ ਜਮੁੰਜੀ ਦੇਖ ਕੇ ਵਿਆਹ ਤਾਂ ਨਾ ਕੁੜੀ ਨੂੰ ਛੱਜ ਦਾ ਮੁੰਡਾ ਦੇਖ ਲੈਂਦੇ ਨਾ ਪਾ ਨੂੰ ਆ ਤੇ ਨੋਂਦੇ ਫਿਰ ਫਿਰ ਪਸਤੋਂਦੇ ਤਾਂ ਇਸ ਗੱਲ ਤੋਂ ਸੀ ਕਿ ਜੇ ਕੋਈ ਛੱਜ ਦੇ ਘਰੇ ਵਿਆਹੀ ਹੁੰਦੀ ਫਿਰ ਪਾਣੇ ਆਹ ਕਦੋਂ ਕਾਨੂੰ ਦੇਖਣਾ ਪੈਂਦਾ ਦੱਸ ਫਿਰ ਪੰਦੋਂ ਕੀ ਕਰੇ ਸਤਿ ਸ਼੍ਰੀ ਅਕਾਲ ਚਾਚੀ ਜੀ ਹੋ ਠੀਕ ਹੈ ਹਾਂ ਹਾਂ ਮੈਂ ਤਾਂ ਠੀਕ ਹੈ ਤੁਸੀਂ ਦੱਸੋ ਮੈਂ ਤਾਂ ਦੇਖ ਲੈ 9 ਓਵਰ 9 ਹੈ ਹੋ ਗਏ ਪੁੱਤ ਤਿਆਰ ਹਾਂ ਹਾਂ ਹੋ ਗਈ ਮੰਮੀ ਚੰਗਾ ਚੱਲਦੇ ਆਂ ਅਸੀਂ ਨਿੱਕਾ ਹੋ ਗਿਆ ਤਿਆਰ ਪੁੱਤ ਮੈਂ ਕਿਹਾ ਜੀ ਸੁਣਦੇ ਹੋ ਗੱਲ ਸੁਣਨੀ ਓਹੋ ਪਊਆ ਜਾ ਨਾਲ ਜਾਊਗਾ ਜੀ ਸੁਣਦੇ ਹੋ ਆ ਗਿਆ ਜੀ ਆ ਗਿਆ ਹਾਂਜੀ ਕੀ ਕਹਿੰਦੇ ਹੋ ਤਿਆਰ ਹੋ ਜਾਓ ਫਿਰ ਚੱਲੀ ਆਪਾਂ ਲੇਟ ਹੋ ਜਾਾਂਗੇ ਆਪਾਂ ਜਾਣਾ ਵੀ ਫਿਰ ਆਪਾਂ ਸਾਈਕਲ ਤੇ ਆ ਕਿਹੜਾ ਸਕੂਟਰ ਮੋਟਰਸਾਈਕਲ ਵੀ ਛੇਤੀ ਵਗ ਜਾਾਂਗੇ ਮੈਂ ਤਾਂ ਤਿਆਰ ਆ ਮੈਂ ਕਿਹੜਾ ਛੁਰਕੀ ਬਿੰਦੀ ਲਾਉਣੀਆ ਚਲੋ ਚੱਲੀਏ ਆ ਸਾਲਾ ਸਿੰਘ ਜੀ ਕੱਢ ਕੇ ਰਾ ਗੱਡੀ ਬਾਹਰ ਦੇਖੀ ਫਿਰ ਕਿਵੇਂ ਹਵਾ ਨਾਲ ਗੱਲਾਂ ਕਰਾਉਣਾ ਛੋਟਾ ਪਰਾਉਣਾ ਕਦੇ 10 ਤੇ ਕਦੇ 20 ਤੇ ਗੱਡੀ ਤਾਂ ਸਾਲਾ ਇਹ ਕਹਿੰਦਾ ਜਿਵੇਂ ਕਰੋਲਾ ਲੈ ਕੇ ਆਏ ਹੋਵੇ ਲੈ ਜੀਜਾ ਜੀ ਨੇ ਆਇਆ ਨੀ ਤੇ ਲੀਪ ਕਰੇ ਹਾਂ ਆਇਆ ਸਾਈਕਲ ਤੇ ਸੀ ਬੁੱਲੋਂ ਗੱਡਣੋਂ ਲੋ ਕਰਦਾ ਨੀ ਭਾਜਨ ਕਰੇ ਸਾਈਕਲ ਨੂੰ ਗੱਡੀ ਕਹਿੰਦਾ ਬਿਮਾਰੀ ਪੈਣਾ ਨੀ ਫੋਟ ਜਹ ਜਾਪ ਉਹ ਜੰਗਲੋਂ ਕਰਦਾ ਨੀ ਕਾਹਨੋਂ ਭਾਜਨ ਕਰੇ ਮੈਨੂੰ ਤਾਂ ਐ ਸੀ ਕਹਿੰਦੇ ਨਿਕ ਪੈਗਾ ਮੈਂ ਆਖਾ ਉਮਰ ਦਾ ਨਿਆਣਾ ਹੋ ਉਹ ਚੱਲ ਹੌਲੀ ਹੌਲੀ ਵੱਡਾ ਹੋ ਜੂ ਨੀ ਪੈਣੇ ਮੈਨੂੰ ਕੀ ਪਤਾ ਇਹ ਸੱਚੂ ਹੀ ਨਿਕਾ ਹੈ ਨੀ ਭਲੇ ਖੇਚੀ ਪੱਟੇ ਗਏ ਤਸ ਤਾਂ ਨੀ ਹਾਂ ਪੈਣੇ ਨੀ ਮੇਰੀ ਧੀ ਦੀ ਕਿਸਮ ਸਹਜਿਆ ਵਿਚਾਰੀ ਧੀ ਗੱਲ ਸੁਣ ਮੈਨੂੰ ਤਾਂ ਐ ਨਹੀਂ ਪਤਾ ਲੱਗਦਾ ਤੁਹਾਡਾ ਪੁਰਾਣਾ ਪੇਕੇ ਚੱਲਿਆ ਕਿ ਸਕੂਲ ਚੱਲਿਆ ਆ ਲੈ ਵੀ ਪੁਰਾਣਿਆ ਆ ਕੱਢ ਲਿਆ ਤੇਰਾ ਬੰਬੂ ਕਟ ਉਹ ਕਪੜਾ ਕਪੜਾ ਮਾਰ ਦੇ ਉਹ ਲਿਆ ਪੁਰਾਣਿਆ ਆ ਜੇਬ ਚ ਰਮਾਲ ਦੇ ਕੱਢ ਕੇ ਫੇਰਾ ਸਾਈਕਲ ਤੇ ਮਾੜੀ ਮੋਟੀ ਇੱਜ਼ਤ ਕਰ ਲਿਆ ਕਰ ਫਿਰ ਵੀ ਛੋਟੇ ਪੁਰਾਣੇ ਦਾ ਸਾਈਕਲ ਆ ਹੋ ਗਿਆ ਪੁਰਾਣੇ ਤਿਆਰ ਹਾਂਜੀ ਹਾਂ ਐ ਕਰੀਂ ਧਿਆਨ ਨਾਲ ਜਾਈ ਚੰਗਾ ਨਹੀਂ ਜੀ ਨਾ ਧਿਆਨੇ ਨਾਲ ਤਾਂ ਆਪਣੀ ਬਣਦੀ ਨਹੀਂ ਆਪਾਂ ਤਾਂ ਛੋਟੀ ਗੁੱਡੀ ਨਾਲ ਹੀ ਜਾਵਾਂਗੇ ਓਪੋ ਤੁੰਤਾ ਬਾਪੂ ਦੇ ਕਹਿੰਦਾ ਮਤਲਬ ਹੀ ਨਹੀਂ ਸਮਝ ਆਇਆ ਬਾਪੂ ਕਹਿੰਦੇ ਵੀ ਦੇਖ ਕੇ ਜਾਇਓ ਥੋੜਾ ਵੀ ਨਾ ਸਰੀਪਿਆ ਨਹੀਂ ਪੜਨੇ ਕਹੇਗੀ ਕੀ ਕਹਿੰਦੀ ਆ ਨੀ ਧਰਮ ਨਾਲ ਆ ਥੋੜਾ ਪਰੌਣਾ ਤਾਂ ਜਿਵੇਂ ਜੋਕ ਕਰ ਜਾਏ ਸਰੀਪਿਆ ਓਹੋ ਮੇਰੇ ਕਹਿਣਾ ਮਤਲਬ ਨਾ ਬਾਹਲੇ ਮਜ਼ਾਕੀਆ ਜਿਹਾ ਪਰ ਹਣਾ ਹਾ ਹਾਂ ਭਾਈ ਪੁਰਾਣਾ ਦਾ ਸਾਡਾ ਬਹੁਤ ਮਜ਼ਾਕੀਆ ਬਾੜਾ ਰੌਣਕੀਆ ਜਦ ਵੀ ਆਂਦਾ ਨਾ ਰੌਣਕਾ ਲਾ ਕੇ ਰੱਖਦਾ ਚਲੋ ਐਂ ਕਰੋ ਭਾਈ ਚਲੋ ਭਾਈ ਚਲੋ ਤਰੋ ਟਾਈਮ ਨਾਲ ਚਲੋ ਹੈ ਉਹ ਨਾਲੇ ਪਰੌਣਾ ਦੇਖ ਕੇ ਚਲਾਈ ਕਿਤੇ ਖੱਡੇ ਖੋਡੇ ਚ ਮਾਰ ਕੇ ਸੱਟ ਖਾ ਲੇ ਬਿਓ ਆਹੋ ਕੀ ਪਤਾ ਲੱਗਦਾ ਕੰਚੀ ਚ ਚਲਾਉਂਦਾ ਨਾ ਤਾਂ ਕਰਕੇ ਸਾਲਾ ਸਿੰਘ ਜੀ ਤੁਸੀਂ ਜਮਾ ਨਾ ਫਿਕਰ ਕਰੋ ਮੈਂ ਕਿਹੜਾ ਨਵਾਂ ਸਿੱਖਿਆ ਮੇਰਾ ਸਾਈਕਲ ਤਾਂ ਬੱਟਾ ਕੱਢਦਾ ਜਾਊ ਇਹ ਤਾਂ ਚੰਗੇ ਚੰਗੇ ਮੋਟਰਸਾਈਕਲ ਪਿੱਛੇ ਛੱਡ ਦਿੰਦਾ ਆ ਪੁੱਛ ਲਾਪਾ ਮੈਂ ਆਹ ਵੀ ਭੈਣ ਨੂੰ ਚਲੋ ਹੁਣ ਭਾਈ ਆਹ ਮੂਰੀ ਟੱਗ ਲਓ ਕਈ ਵਾਰੀ ਚੈਨ ਚ ਫਸ ਜਾਂਦੀ ਆ ਚਲੋ ਭਾਈ ਜਿਵੇਂ ਮਰਜ਼ੀ ਜਾਇਓ ਥੋੜਾ ਧਿਆਨ ਨਾਲ ਜਾਇਓ ਚੰਗਾ ਬਾਪੂ ਚੰਗਾ ਬਾਪੂ ਜੀ ਅਸੀਂ ਚੱਲਦੇ ਹਾਂ ਚੰਗਾ ਚਾਚੇ ਚੰਗਾ ਬੇਬੇ ਮੱਥਾ ਠੇਕਰਾ ਆ ਵੀ ਨਿਕੱਸਿਆ ਆ ਕਰੋਲਾ ਨੂੰ ਹਿਸਾਬ ਨਾਲ ਚਲਾਈ ਠੀਕ ਆ ਜੀ ਠੀਕ ਆ ਹੌਲੀ ਚਲਾਉ ਓਏ ਲੈ ਜਾਊਗਾ ਤਾਈ ਕਿ ਨਹੀਂ ਰੋਕ 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 ਨਾ ਸਾਹਮਣੇ ਕਾਂਦੇ ਚ ਮਾਰਨਾ ਹੁਣ ਤੰਨੇ ਓਏ ਹੌਲੀ ਹੌਲੀ ਰੁਕੂਗਾ ਇਹਦੇ ਕੜਾ ਹੈਂਡ ਬ੍ਰੇਕ ਨੇ ਵੀ ਕੋ ਲਕਤੀ ਜਾਮ ਹੋ ਜਾਊਗਾ ਚੱਲ ਰੋਟੀ ਬਣਾ ਕੇ ਰਾਂ ਜਾ ਕੇ ਹਾਏ ਮੈਂ ਮਰ ਜਾ ਇੰਨਾ ਕੁਛ ਤਾਂ ਝੁੱਲਸ ਕੇ ਆਇਆ ਉਥੋਂ ਹੁਣ ਫੇਰ ਤੈਨੂੰ ਭੁੱਖ ਲੱਗ ਗਈ ਕੀ ਗੱਲ ਤੈਨੂੰ ਖਿੱਚ ਕੇ ਲੱਗਿਆ ਉਹ ਡਬਲ ਸਵਾਰੀ ਕਿਹੜਾ ਖਿੱਚਣੀ ਸ਼ੌਕੀ ਆ ਭੁੱਖ ਤਾਂ ਲੱਗਦੀ ਹੋ ਆ ਬੰਦੇ ਨੂੰ ਪਤਾ ਕਿੰਨਾ ਔਖਾ ਹੁੰਦਾ ਡਬਲ ਸਵਾਰੀ ਖਿੱਚ ਲਈ ਭੁੱਖ ਤਾਂ ਲੱਗਣੀ ਹੋ ਆ ਚੱਲ ਬਣਾ ਰੋਟੀ ਬੇਬੇ ਸੱਚੀ ਕਹਿੰਦੇ ਸੀ ਪਤਾ ਨਹੀਂ ਤੇਰਾ ਢਿੱਡ ਆ ਯਾ ਟੋਆ ਉਹਨੂੰ ਕੀ ਪਤਾ ਵੀ ਕਿੰਨਾ ਔਖਾ ਹੁੰਦਾ ਸਾਈਕਲ ਚਲਾਉਣਾ ਕਿੰਨਾ ਔਖਾ ਹੁੰਦਾ ਬੰਦੇ ਨੂੰ ਸਾਈਕਲ ਤੇ ਦੂਜੀ ਸਵਾਰੀ ਖਿੱਚਣੀ ਨਾ ਹੁਣ ਉੱਥੇ ਖੜਾ ਕੀਬੂਡ ਬੁੜ ਕਰੀ ਜਾਣਾ ਇੱਥੇ ਆਓ ਜੀ ਹਾਂਜੀ ਆਇਆ ਆ ਜੀ ਮੈਂ ਕਹਿੰਦੀ ਸੀ ਤੁਸੀਂ ਸਬਜੀ ਕੱਟ ਦੋ ਮੈਂ ਆਟਾ ਗੁੰਨਦੀ ਆ ਓਹੋ ਸੱਚੀ ਯਾਦ ਆਇਆ ਸਿਲੰਡਰ ਵੀ ਖਤਮ ਹੋਇਆ ਪਿਆ ਆਹ ਕਰੋ ਪਹਿਲਾਂ ਤੁਸੀਂ ਸਿਲੰਡਰ ਪਰਵਾ ਲਿਆਓ ਨਾਲੇ ਸੁਣੋ ਆਂਦੇ ਆਂਦੇ ਨਾ ਚੱਕੀ ਤੋਂ ਆਟਾ ਵੀ ਲੈ ਆਏ ਹੋ ਫੇਰ ਹੀ ਰੋਟੀ ਬਨਣੀ ਆ ਉਹ ਕੁਝ ਹੋਰ ਤਾਂ ਨਹੀਂ ਰਹਿ ਗਿਆ ਮੈਨੂੰ ਉਹ ਵੀ ਦੱਸ ਦੇ ਮੈਨੂੰ ਲੱਗਦਾ ਸਬਜੀ ਵੀ ਲਿਆਣ ਆਲੀ ਆ ਚਲ ਤੁਸੀਂ ਇੰਨਾ ਕ ਸਾਮਾਨ ਲੈ ਆਓ ਬਾਕੀ ਸਾਮਾਨ ਮੈਂ ਫੇਰ ਮੰਗਵਾ ਲੂੰਗੀ ਠੀਕ ਹੈ ਲਿਆਉਣਾ ਲੇ ਆਉਂਗੇ ਇਕੱਲੇ ਓਏ ਹਾਂ ਲੈ ਆਉਂਗਾ ਹੁਣ ਤੂੰ ਜਾਏਂਗੀ ਨਾਲ ਮੇਰੇ ਚੱਲ ਆਪੀ ਲਿਆਉਗਾ ਮੈਂ ਤਾਂ ਥੱਕੀ ਪਈ ਆ ਆਰਾਮ ਕਰ ਲਾ ਇੰਨਾ ਜਿੱਲੜਾ ਨਾ ਘੰਟਾ ਲਾਉ ਹੁਣ ਕੰਮ ਤੇ ਬੱਤਸੂਨ ਨੇ ਗੱਲ ਕਰੀ ਦੀ ਜਿੱਤੇ ਦੇ ਰਿਸ਼ਤੇ ਬਾਰੇ ਕਹਿੰਦਾ ਦਾ ਕੋਈ ਕੁੜੀ ਹੈਗੀ ਮੇਰੀ ਨਿਗਾ ਚ ਫੋਨ ਕਰਨ ਨੂੰ ਕਹਿੰਦਾ ਸੀ ਫੋਨ ਫੋਨ ਉਹਦਾ ਕੋਈ ਆਇਆ ਨਹੀਂ ਪਤਾ ਨਹੀਂ ਕੋਈ ੜੀ ਕਾ ਲੱਗਿਆ ਚਲੋ ਕੋਈ ਨਾ ਦੇਖਦੇ ਆ ਜੂਗਾ ਆ ਲੈ ਬੱਤਸੂਨ ਦਾ ਫੋਨ ਆ ਗਿਆ ਮੈਂ ਕਰਦਾ ਗੱਲ ਹਾਂਜੀ 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 ਸਤਿ ਸ੍ਰੀ ਅਕਾਲ ਆਹੋ ਭਾਈ ਸਾਹਿਬ ਇਹ ਤਾਂ ਸਾਰੇ ਸੰਜੋਗਾਂ ਦੀ ਗੱਲ ਆ ਉਹ ਬੰਦਾ ਤਾਂ ਵੀ ਜਝਰੀਆ ਬਣਦਾ ਹਾਂ ਬਾਕੀ ਦੇਖ ਦਿਖਾਈ ਕਰ ਲੋ ਭਾਈ ਜੇ ਗੱਲਬਾਤ ਬਣਦੀ ਦਿਖੀ ਤਾਂ ਰੋਕ ਕਰ ਕਾਈ ਕਰ ਲਾਂਗੇ ਬਸ ਠੀਕ ਆ ਫਿਰ ਤੁਸੀਂ ਆ ਜਾਓ ਬੁੱਧਵਾਰ ਨੂੰ ਹਾਂਜੀ ਹਾਂ ਜੀ ਆਇਆਂ ਨੂੰ ਕੀ ਕਹਿੰਦੇ ਕੁੜੀ ਵਾਲੇ ਉਹ ਕਹਿਣਾ ਕੀ ਆ ਆਂਦੇ ਬੁੱਧਵਾਰ ਨੂੰ ਆ ਰਹੇ ਨੇ ਜਿੱਤੇ ਨੂੰ ਦੇਖਣਾ ਜੇ ਸਾਰਾ ਕੁਝ ਠੀਕ ਰਿਹਾ ਹੈ ਨਾ ਤਾਂ ਰੋਕ ਕਰ ਕਾਈ ਕਰਕੇ ਜਾਣਗੇ ਨਹੀਂ ਫਿਰ ਤਾਂ ਬਿਸਕੁਟ ਖਾ ਕੇ ਮੁੜ ਜਾਣਗੇ ਭਾਈ ਲੈ ਦੱਸ ਕਹੇ ਜੀਆਂ ਗੱਲਾਂ ਕਰਦੇ ਤੁਸੀਂ ਜੇ ਆਉਣਗੇ ਤਾਂ ਘਰ ਕਿ ਜਾਣਗੇ ਮੈਂ ਗੁੱਡੀ ਤੇ ਨਿੱਕੇ ਨੂੰ ਫੋਨ ਕਰਦਾ ਵੀ ਭਾਈ ਤੁਸੀਂ ਆ ਜਾਓ ਜੀਤੇ ਦਾ ਰੋਕਾ ਕਰਨਾ ਹੈਗਾ ਲੈ ਮੈਨੂੰ ਫੋਨ ਲਾ ਕੇ ਦੇ ਹਲੋ ਹਾਂ ਭਾਈ ਗੁੱਡੀ ਬਾਪੂ ਬੋਲਾਂ ਹਾਂ ਠੀਕ ਠਾਕ ਭਾਈ ਲੈ ਤੇਰੀ ਬੇਬੇ ਨਾਲ ਗੱਲ ਕਰ ਲਾ ਲੈ ਕਰ ਗਾਲ ਸਾਸਰੀ ਘਰ ਪੁੱਤ ਸਾਸਰੀ ਘਰ ਹਾਂ ਬੇਬੇ ਸਾਰੇ ਠੀਕ ਠਾਕ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਹਾਂ ਭਾਈ ਸਾਰੇ ਠੀਕ ਠਾਕ ਹੈ ਤੂੰ ਦੱਸ ਨਿੱਕਾ ਸੁੰਦਾ ਕੀ ਹਾਲ ਹੈ ਪੁੱਤ ਵਧੀਆ ਬੇਬੇ ਤੁਸੀਂ ਦੱਸੋ ਤੁਸੀਂ ਕਿਵੇਂ ਕੀਤਾ ਸੀ ਫੋਨ ਨਹੀਂ ਫੋਨ ਤਾਂ ਮੈਂ ਆਏ ਕੀਤਾ ਸੀ ਆਪਣੇ ਜਿੱਤੇ ਨੂੰ ਵੇਖਣ ਆਲੇ ਆਉਣਗੇ ਤੁਸੀਂ ਆ ਜਾਓ ਪੁੱਤ ਦੋਨੇ ਜਣੇ ਅੱਛਾ ਬੇਬੇ ਹਾਂ ਹਾਂ ਪੁੱਤ ਆਤਾ ਵਧਾਈਆਂ ਹੋ ਗਈਆਂ ਫੇਰ ਦੇਖ ਨਿੱਕਾ ਸਾਡਾ ਪ੍ਰਾਣਾ ਇਹ ਤੋਂ ਬਿਨਾ ਤੈਨੂੰ ਪਤਾ ਐ ਅਸੀਂ ਕੋਈ ਕਾਰਜ ਵਿਹਾਰ ਨਹੀਂ ਕਰਦੇ ਅਸਤਾ ਆ ਜਾਾਂਗੇ ਅੱਛਾ ਸੋਚੀ ਰਹੀ ਸੀ ਵੀ ਤੁਹਾਡੇ ਲਾਵੇ ਗੇੜਾ ਹੀ ਮਾਰ ਜੀਏ ਵਧੀਆ ਕੀਤਾ ਚਲੋ ਤੁਸੀਂ ਫੋਨ ਕਰਤਾ ਨਹੀਂ ਕੁੜੇ ਨਿੱਕਾ ਸੋ ਤਾਂ ਠੀਕ ਐ ਹਾਂ ਹਾਂ ਬੇਬੇ ਜੀ ਆ ਵੀ ਠੀਕ ਨੇ ਏ ਆਈ ਗਏ ਲੋ ਤੁਸੀਂ ਆਪ ਹੀ ਗੱਲ ਕਰ ਲੋ ਇਹਨਾਂ ਨਾਲ ਬੇਬੇ ਦਾ ਫੋਨ ਆ ਪਿੰਡੋਂ ਲੈ ਗੱਲ ਕਰਿਓ ਹਾਂ ਬੇਬੇ ਮੱਥਾ ਟੇਕਦਾ ਆ ਬਾਪੂ ਨੂੰ ਵੀ ਕਹਦੇ ਮੱਥਾ ਟੇਕਦਾ ਹਾਂ ਪੁੱਤ ਰਾਜੀ ਖੁਸ਼ੀ ਰਹਿ ਹਾਂ ਕਿਵੇਂ ਕੀਤਾ ਸੀ ਫੋਨ ਤੁਸੀਂ ਆ ਜਾਓ ਪੁੱਤ ਆਪਣੇ ਜੀਤੇ ਦਾ ਰੋਕਾ ਕਰਨਾ ਹੈ ਬੁੱਧਵਾਰ ਨੂੰ ਓ ਕੋਈ ਨਾ ਬੇਬੇ ਅਜ ਤਾਂ ਵੇਲੇ ਹੀ ਆਂ ਆ ਜਾਗੇ ਉਹ ਇੱਥੇ ਕਿਹੜਾ ਸੀ ਜਲੇਬੀਆਂ ਤਰਲੀਆਂ ਨੇ ਚਾਰ ਰੋਟੀਆਂ ਨੇ ਇੱਥੇ ਖਾ ਲਾਂਗੇ ਚੰਗਾ ਪੁੱਤ ਐਂ ਫੋਨ ਕੀਤਾ ਸੀ ਚੰਗਾ ਹੋ ਗਈ ਗੱਲ ਹਾਂ ਹੋ ਗਈ ਕਹਿੰਦੇ ਆਵਾਂਗੇ ਚਲ ਠੀਕ ਆ ਚੰਗਾ ਮੈਂ ਰੋਟੀ ਬਣਾਉਣੀ ਹੈ ਹਾਂ ਹਾਂ ਆ ਮਾੜਾ ਜਿਹਾ ਫੋਨ ਆ ਰਿਹਾ ਮੈਂ ਤੇ ਪਰ ਗੱਲ ਕਰਨਾ ਚੰਗਾ ਹਾਂਜੀ ਹਾਂ हां तो एक बारी दवाई लिया फिर मिलਾਂਗੇ ਮੇਰੇ ਵੀਰੇ ਦਾ ਰੋਕਾ ਚੱਲੀ ਆਪਾਂ ਬਗ ਚੱਲ ਰਹਾਂ ਆਪਾਂ ਨੇ ਕਿਹੜਾ ਉਹ ਜਲੇਬੀਆਂ ਕੱਢਣੀਆਂ ਨੇ ਨਾਲੇ ਗੱਲੇ ਸੁਣ ਲੋ ਮੇਰੀ ਐਤ ਕੀ ਨਾ ਸਾਈਕਲ ਡੰਡੇ ਤੇ ਚਲਾ ਕੇ ਜਾਣਾ ਮੈਂ ਕਿਹਾ ਹੋਇਆ ਬੇਬੇ ਜੀ ਉਹਨਾਂ ਨੂੰ ਵੀ ਤੁਹਾਡਾ ਜਵਾਈ ਜਦੋਂ ਹੁਣ ਆਊਗਾ ਨਾ ਸਾਈਕਲ ਡੰਡੇ ਤੇ ਚਲਾ ਕੇ ਆਊਗਾ ਉਹ ਡੰਡੇ ਦੇ ਦਾ ਚਲਾ ਲਾਂਗੇ ਸਾਈਕਲ ਡਰਤਾ ਹੈ ਲੱਗਦਾ ਵੀ ਦੇਖਣਾ ਪਈਏ ਫੇਰ ਕੀ ਹੋ ਜਾਊਗਾ ਇਹ ਡਿੱਗ ਜੋਂਗੇ ਉੱਠ ਕੇ ਪੈਰ ਚਲਾਣ ਲੱਗ ਜਿਓ ਤੁਹਾਡੇ ਕਿਹੜਾ ਸੱਟ ਲੱਗਦੀ ਆ ਮੈਂ ਬਸ ਕਹਤਾ ਸੋ ਕਹਤਾ ਡੰਡੇ ਤੇ ਚਲਾ ਕੇ ਜਾਣਾ ਚੱਲ ਮੈਂ ਤਿਆਰੀ ਕਰਦੀ ਆ ਤੁਸੀਂ ਮੂੰਹ ਧੋ ਲਓ ਓਹੋ ਮੇਰੇ ਮੂੰਹ ਨੂੰ ਕੀ ਲੱਗਿਆ ਸ਼ੇਰਾਂ ਨੇ ਕਦੇ ਮੂੰਹ ਟੋਤੇ ਨੇ ਸ਼ੇਰ ਓ ਓ ਉਹ ਤਾਂ ਉਦਾਂ ਹੀ ਕਿਹਾ ਸੀ ਟੋਲ ਲੈਂਦੇ ਮੂੰਹ ਸੁੰਦਨੀ ਜੀ ਨਿਕਲਿਓ ਬਾਹਰ ਘੰਟਾ ਹੋ ਗਿਆ ਸ਼ੀਸ਼ੇ ਮੂਰੇ ਖੜੇ ਨੂੰ ਵੀ ਆ ਜਾ ਬਾਹਰ ਮੇਰੇ ਭਾਈ ਦਾ ਰੋਕਾ ਤੇਰਾ ਨਹੀਂ ਹੈਗਾ ਉਧਰ ਮੇਰੇ ਭਾਈ ਦਾ ਰੋਕਾ ਲੰਘ ਜਾਣਾ ਵੀ ਆਵੇਂਗਾ ਬਾਹਰ ਤੇ ਖਿਚਕਿਲੇ ਆਵਾਂ ਮੈਨੂੰ ਲੱਗਦਾ ਆਪ ਨਹੀਂ ਆਂਦਾ ਮੈਨੂੰ ਹੀ ਖਿਚਕਿ ਲੈਣਾ ਪਊਗਾ ਓਏ ਆ ਗਿਆ ਕਿਉਂ ਰੌਲਾ ਪਾਏਗਾ ਆਪ ਤਾਂ ਦੋ-ਦੋ ਘੰਟੇ ਲਾ ਦਿੰਦੀਆਂ ਮੈਂ ਤੈਨੂੰ ਕਦੇ ਕੁਝ ਕਿਹਾ ਹੁੰਨਾ ਤੂੰ ਬਾਲਾ ਨਾ ਬੋਲ ਜੀ ਮੇਰਾ ਅੱਗੇ ਬਲੱਡ ਵਧਿਆ ਪਿਆ ਚੁੱਪ ਕਰਕੇ ਸਾਈਕਲ ਚੱਕ ਲੈ ਤੇ ਚੱਲੀਏ ਇੰਨੇ ਨੂੰ ਰੋਕਾ ਨਾ ਗ ਜਾਣਾ ਉਹ ਨਹੀਂ ਲੰਘਦਾ ਰੋਕਾ ਆ ਜਾ ਚੱਲ ਰੁਕੋ ਨਾ ਹੁਣ ਸਰੀਰਾ ਤੋਰ ਕੀ ਲੈ ਕੇ ਜਾਣਾ ਚਲਾ ਵੀ ਲੈ ਇਹਨੂੰ ਉਹ ਚਲਾ ਲੰਨੇ ਆ ਦੇਖੀ ਤੋਰ ਤੋਰ ਮਾਰਤਾ ਨਾ ਹੁਣ ਐਵੇਂ ਕਿਵੇਂ ਪਹੁੰਚਾਂਗੇ ਆਪਾਂ ਉੱਥੇ ਜੇ ਤੂੰ ਐਂ ਚੱਲਦਾ ਰਿਹਾ ਨਾ ਰੋਕਾ ਤਾਂ ਛੱਡ ਮੇਰੇ ਵੀਰੇ ਦਾ ਇੰਨੇ ਨੂੰ ਵਿਆਹ ਵੀ ਹੋ ਜਾਣਾ ਤੂੰ ਚੱਲ ਹੁਣ ਬਹਿ ਜਾ ਰਾਲਾ ਕਿਉਂ ਪਾਇਆ ਚੱਲ ਚੜ ਹੁਣ ਉੱਪਰ ਡੰਡੇ ਤੇ ਡੰਡੇ ਤੇ ਮੇਰੀ ਗੱਲ ਸੁਣ ਮੈਂ ਇੱਥੋਂ ਨਹੀਂ ਚੱਲਦਾ ਇਹ ਡੰਡੇ ਤੇ ਐਂ ਕਰ ਚੱਲ ਸਾਈਕਲ 'ਚ ਫੜਦੀ ਆ ਤੂੰ ਉੱਪਰ ਡੰਡੇ ਤੇ ਬਹਿ ਜਾ ਇੱਕ ਵਾਰੀ ਮੈਂ ਰੇੜਕੇ ਨਾ ਹੋਲੀ ਜੀ ਆਪੀ ਚੜ ਜੂਗੀ ਤੂੰ ਰੋਕੀ ਨਾ ਵਸ ਫਿਰ ਉਹ ਬਹਿ ਤਾਂ ਜਾਊ ਇਹਨੂੰ ਰੋਕੂ ਕੌਣ ਤੂੰ ਆਏ ਕਰ ਜਾ ਰਾ ਤੂੰ ਰਾਸਤੇ 'ਚ ਕਿ ਨਾ ਬਾਪੂ ਕੋਲ ਨੂੰ ਫੋਨ ਕਰਦੀ ਵੀ ਗੇਟ ਖੋਲ ਦੇਣ ਮੈਂ ਸਿੱਧੇ ਅੰਦਰ ਜਾਵੜੂ ਤੂੰ ਛਾਲ ਮਾਰ ਜੀ ਉਹ ਮੈਨੂੰ ਫੜ ਲਣਗੇ ਆਪੀ ਆਹੋ ਮੈਂ ਵੀ ਪਿੱਛੇ ਛਾਲ ਮਾਰ ਕੇ ਉਤਰ ਜੂਗੀ ਅਹੀ ਠੀਕ ਰਹੂਗਾ ਚੱਲ ਫਿਰ ਹੁਣ ਤੂੰ ਡੰਡੇ ਤੇ ਬਹਿ ਜਾ ਤੈਨੂੰ ਪਤਾ ਤਾਂ ਹੈਗਾ ਮੈਥੋਂ ਨਹੀਂ ਚੱਲਦਾ ਡੰਡੇ ਤੇ ਲੱਤਾਂ ਨਹੀਂ ਪਹੁੰਚਦੀਆਂ ਫਿਰ ਦੇਖਪਾਂਗੇ ਆਪਾਂ ਕੁਝ ਨਹੀਂ ਹੁੰਦਾ ਮੈਂ ਤਾਂ ਉੱਥੇ ਕਿਹਾ ਹੋਇਆ ਵੀ ਸਵਾਰ ਤੇ ਡੰਡੇ ਤੇ ਚੜ ਕੇ ਆਉਣਗੇ ਚੱਲ ਫੜ ਸਾਈਕਲ ਚੱਲ ਬਹਿ ਜਾ ਬਹਿ ਗਿਆ ਹਾਂ ਹਾਂ ਬੈਠਾ ਗਿਆ ਲੱਤਾਂ ਨਹੀਂ ਪਹੁੰਚ ਰੀਆਂ ਮੈਨੂੰ ਲੱਗਾ ਕੈਂਚੀ ਦੀ ਚਲਾਉਣਾ ਪਊ ਨਾ 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 ਕੈਂਚੀ ਨਹੀਂ ਚਲਾਣੀ ਮੈਂ ਕਿਹਾ ਐਸੀ ਬਾਪੂ ਜੀ ਉਹਨਾਂ ਨੂੰ ਵੀ ਇਸ ਵਾਰ ਡੰਡੇ ਤੇ ਚੜ ਕੇ ਆਣਾ ਤੈਨੇ ਮੇਰੇ ਤਾਂ ਬੇਇੱਜ਼ਤੀ ਹੋ ਜਾ ਜਮਾ ਤੇਰੀ ਬੇਟੀ ਦੇ ਚੱਕਰ ਚ ਤੂੰ ਮੇਰਾ ਗਰੂੰਡਾ ਨਾ ਕਰਾਦੀ ਉਹ ਕੁਛ ਨਹੀਂ ਹੁੰਦਾ ਮੈਂ ੱਤਕਾ ਲਾਨੀਆਂ ਜਦ ਸਪੀਡ ਜੀ ਬਣ ਗਈ ਨਾ ਮੈਂ ਆਪੇ ਭੱਜ ਕੇ ਬਹਿ ਜੂ ਚੱਲਾ ੱਤਕਾ ਫਿਰ ਦੇਖੀ ਜੋ ਕੀ ਬਣਦਾ ਚੱਲ ਬਈਆ ਹੁਣ ਨਾ ਨਾ ਤੂੰ ਤਾਂ ਸਪੀਡ ਫੜ ਲੈ ਫੇਰ ਹੀ ਬੈਠੂ ਮੈਂ ਤਾਂ ਬੈ ਜਾ ਬੈ ਜਾ ਬਸ ਕੋਈ ਨਹੀਂ ਕੋਈ ਨਹੀਂ ਬੈਣੀ ਆ ਵੇ ਆ ਕੀ ਹੋ ਗਿਆ ਤੈਨੂੰ ਗਿਰ ਗਿਆ ਚੱਲ ਖੜਾ ਹੋ ਜਾ ਕੁਝ ਨਹੀਂ ਹੁੰਦਾ ਉਹ ਤੇਰੀ ਭੈਣ ਨੂੰ ਮਰਵਾਤਾ ਦੀ ਪਰੋਣਾ ਤੂੰ ਤਾਂ ਕਈ ਯੋਰ ਦੀ ਲਾਤਾ ਤੈਨੂੰ ਪਤਾ ਤਾਂ ਆਏਗਾ ਮੇਰੇ ਭੈਣ ਨਹੀਂ ਆਉਂਦੇ ਇਹ ਮੇਰੇ ਕਰਕੇ ਨਹੀਂ ਹੋਇਆ ਤੈਨੂੰ ਹੀ ਨਹੀਂ ਚਲਾਉਣਾ ਆਉਂਦਾ ਚੱਜ ਨਾਲ ਤੈਨੂੰ ਪਤਾ ਤਾਂ ਹੈਗਾ ਮੇਰੇ ਲੱਤਾਂ ਹੀ ਲੱਗਦੀਆਂ ਓਏ ਹੁਣ ਐਂ ਕਰੀ ਹੌਲੀ ਲਾਈਨ ਟੱਕਾ ਕਿਤੇ ਫੇਰ ਸਿੱੜ ਦੇ ਮੈਨੂੰ ਇਹਦਾ ਛੋਕਰਾ ਰੱਬ ਦਾ ਵੀ ਕੱਚਾ ਥਾਂ ਟੀਗਾ ਜੇ ਪੱਕੀ ਸੜਕ ਹੁੰਦੀ ਕਿ ਨਾ ਆਲੂ ਵਾਂਗੂ ਸੇ ਲੈ ਜਾਣਾ ਤੇ ਛੋਟਾ ਪਰੋਣਾ ਚੱਲ ਫੜ ਸਾਈਕਲ ਹੁਣ ਫੜ ਲੈ ਹਣ ਕੁੱਟ ਕੇ ਚੱਲ ਚੱਲ ਫੜ ਰੱਖਿਆ ਹੌਲੀ ਲੈ ਇੰਨ ਤੱਕਾ ਚੰਗਾ ਚੰਗਾ ਚੱਲ ਚੱਲੋ 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 ਖਿੱਚ ਕੇ ਓਹ ਹੋਲੀ ਕਿਤੇ ਮਾਰੀ ਨਾ ਕਿਸੇ ਦੇ ਵਿੱਚ ਹੁਣ ਤਾਂ ਠੀਕ ਆ ਠੀਕ ਆ ਬਾਪੂ ਨੂੰ ਭੋਣ ਕਰਦੇ ਵੀ ਪਹੁੰਚਣ ਆਲੇ ਆ ਉਹਨਾਂ ਨੂੰ ਕਹਦੇ ਗੇਟ ਖੋਲ ਦੇਣਗੇ ਏ ਰੁਕਦਾ ਰੱਖਦਾ ਨਹੀਂ ਹੈਗਾ ਹੁਣ ਵੀ ਫਰਮਿਸ਼ਪਿਟਾ ਤੇ ਆ ਰਹੇ ਹਾਂ ਹਾ ਹਾ ਕਰਦੀਆਂ ਹਾ ਹਾ ਹੈਲੋ ਬਾਪੂ ਜੀ ਹੈਲੋ ਕੌਣ ਬੋਲ ਰਿਹਾ ਅਸੀਂ ਰਸਤੇ 'ਚ ਆ ਹਸਪਿਟਲ ਜਾ ਰਹੇ ਹਾਂ ਪਹੁੰਚਣ ਆ ਲਿਆ ਬਸ ਨਾਲੇ ਤੁਹਾਡੇ ਜਵਾਈ ਨਾ ਅੱਜ ਡੰਡੇ ਤੇ ਸਾਈਕਲ ਚਲਾ ਰਹੇ ਆ ਬਸ ਤੁਸੀਂ ਗੇਟ ਖੋਲ ਦੋ ਮੈਂ ਤੇ ਚੱਲ ਦੇ ਸਾਈਕਲ ਤੇ ਉਤਰ ਜੂਗੀ ਬਸ ਤੁਸੀਂ ਇਹਨੂੰ ਫੜ ਲਿਓ ਇਹਦੇ ਪੈਰ ਨਹੀਂ ਲੱਗਦੇ ਨਾ ਸਾਈਕਲ ਤਾਂ ਤੂੰ ਆ ਲੈ ਉਹ ਮੈਂ ਸਮਝਿਆ ਨਹੀਂ ਪੁੱਤ ਕਿਰੋਂ ਲਾਉਣਾ ਸਾਈਕਲ ਤੋਂ ਸਾਈਕਲ ਤਾਂ ਤੁਸੀਂ ਬਸ ਬਾਹਰ ਖੜੇ ਰਹੇ ਹੋ ਉਹ ਤੇਰਾ ਭਲਾ ਹੋ ਜੇ ਕੋਈ ਨਾ ਕੋਈ ਨਾ ਲਾ ਲਾਂਗੇ ਪੁੱਤ ਲਾ ਲਾਂਗੇ ਹਾਂ ਹਾਂ ਉਹ ਤਾਂ ਸਾਨੂੰ ਪਤਾ ਹੀ ਆ ਲਾਉਣਾ ਹੀ ਪੈਂਦਾ ਸਾਈਕਲ ਤੋਂ ਤਾਂ ਹਾਂ ਤੂੰ ਕਹੀ ਰਹੇਂ ਵੀ ਤਾਰ ਲਾਂਗੇ ਮੈਂ ਤਾਂ ਛੇਤੀ ਜਾਵੜੂੰ ਹਾਂ ਹਾਂ ਕਹਦਾ ਸਾਹਮਣੇ ਦੇਖ ਕੇ ਚਲਾ ਲੈ ਕਿਸੇ ਨੂੰ ਠੋਕੇਗਾ ਅੱਗੇ ਉੱਤਰ ਤੁਸੀਂ ਮੈਂ ਇੱਕ ਵਾਰੀ ਬਾਪੂ ਨੂੰ ਫੋਨ ਕਰ ਲਾਂ ਹੈਲੋ ਮੈਂ ਬੋਲਦੀ ਹਾਂ ਬਾਪੂ ਜੀ ਗੁੱਡੀ ਅਸੀਂ ਆ ਰਹੇ ਹਾਂ ਤੁਹਾਡੇ ਕੋਲੇ ਹਾਂ ਹਾਂ ਮੈਂ ਤੇ ਜੀਤਾ ਤਿਆਰ ਰਾਂਗੇ ਨਾਲੇ ਤੇਰੀ ਬੇਬੇ ਇਹ ਨਾ ਸਾਈਕਲ ਡੰਡੇ ਤੇ ਚੜਕੇ ਚਲਾ ਕੇ ਲੈ ਕੇ ਆਣਗੇ ਉਤਰਨ ਲੱਗੇ ਇਹਨਾਂ ਦੇ ਪੈਰ ਨਹੀਂ ਨਾ ਥੱਲੇ ਲੱਗਦੇ ਡਿੱਗ ਪੈਂਦੇ ਨੇ ਤਾਂ ਕਹਿ ਰਹੀਆਂ بس ਤੁਸੀਂ تیاری رکھਿਓ اچھا ਤੁਸੀਂ ਕਿੰਨੇ ਕ ਟਾਈਮ ਤੱਕ ਆ ਜਾਓਗੇ ਭਲਾ ਓਰੇ ਆਹੀ ਬਸ 10 ਮਿੰਟਸ 'ਚ ਆ ਗਿਆ ਸੀ ਤੁਸੀਂ ਖੜਜੋ ਸਾਰੇ ਜਾਣੇ ਚੰਗਾ ਚੰਗਾ ਕੱਟਦੀ ਆ ਚਲ ਠੀਕ ਆ ਅਸੀਂ ਤਿਆਰ ਰਹਿਨੇ ਤੁਸੀਂ ਆ ਜਾਓ ਓ ਜਿੱਤੇ ਓਏ ਆ ਤੇਰੀ ਬੇਬੇ ਨੂੰ ਲਿਆਵਲਾ ਕੇ ਉਹ ਪਰੌਣਾ ਆ ਰਿਹਾ ਉਹਨੂੰ ਸਾਈਕਲ ਤੋਂ ਲਾਉਣਾ ਉਹ ਡੰਡੇ ਤੇ ਆਓ ਛੇਤੀ ਆ ਜਾਓ ਚਲ ਓਏ ਚਲਾ ਸਾਈਕਲ ਖੜ ਗਏ ਹੋ ਸਾਰੇ ਚਲੋ ਚਲੋ ਸਰਦਾਰ ਸਾਹਿਬ ਆਇਆ ਮੇਰਾ ਪੁੱਤ ਜੀਤਾ ਤੇ ਘਰ-ਬਾਰ ਤੁਸੀਂ ਦੇਖ ਲਿਆ ਬਾਕੀ ਦਾਜ ਦੇਹ ਦੀ ਸਾਨੂੰ ਕੋਈ ਭੁੱਖ ਨਹੀਂ ਹੈਗੀ ਸਾਡੇ ਕੰਨਿਓ ਤੁਸੀਂ ਕੁੜੀ ਦੇ ਤਿੰਨ ਕੱਪੜੇ ਚ ਤੋਰ ਦਿਓ ਠੀਕ ਹੈ ਨਾ ਨਹੀਂ ਨਹੀਂ ਸਰਦਾਰ ਜੀ ਜਿੰਨਾ ਛੱਡਤ ਹੋਇਆ ਸੀ ਕਰਾਂਗੇ ਤੁਹਾਡਾ ਘਰ-ਬਾਰ ਤੇ ਮੁੰਡਾ ਸਾਨੂੰ ਪਸੰਦ ਹੈ ਜੀ ਫਿਰ ਕਰੀਏ ਸ਼ਗਨ ਦੀ ਰਸਮ ਨਹੀਂ ਨਹੀਂ ਭਾਜੀ ਥੋੜਾ ਜਿਹਾ ਠਹਿਰ ਜੋ ਨਿੱਕੇ ਨੂੰ ਆ ਲੈਣ ਦੋ ਫੇਰ ਹੀ ਸਗਨ ਦੀ ਰਸਮ ਹੋਣੀ ਆ ਨਿੱਕਾ ਸਿੰਘ ਇਹ ਕੌਣਾ ਭੈਣ ਜੀ ਇਹ ਸਾਡਾ ਜਮਾਈ ਨਿੱਕਾ ਸਿਓ ਕੱਲਾ ਕੱਲਾ ਸੁਖਣਾ ਸਾਡਾ ਜਮਾਈ ਉਹ ਤੋਂ ਬਗੈਰ ਥੋੜੀ ਅਸੀਂ ਸਗਨ ਵਿਹਾਰ ਕਰ ਲਾਂਗੇ ਜੇ ਭਾਜੀ ਨਰਾਜ਼ ਹੋ ਗਏ ਨਾ ਉਹਨੇ ਤਾਂ ਬਹੁਤ ਹੀ ਮੁਸ਼ਕਲ ਨਾਲ ਮੰਨਣਾ ਗੱਲ ਸਿਆਣੀਆਂ ਥੋੜੀ ਭੈਣ ਜੀ ਆਪਾਂ ਤੁਹਾਡਾ ਇੰਟੀਜਰ ਕਰ ਲੈਨੇ ਆ ਜਵਾਈ ਭਾਈ ਦਾ ਮਾਣ ਰੱਖਣਾ ਚਾਹੀਦਾ ਭਾਈ ਵੈਸੇ ਕਦੋਂ ਕੋ ਪਹੁੰਚ ਜਾਣਗੇ ਮੈਨੂੰ ਲੱਗਦਾ ਉਹ ਟਾਈਮ ਨਾਲ ਤੁਰੇ ਹੀ ਨਹੀਂ ਤੁਰਦਾ ਟਾਈਮ ਨਾਲ ਆ ਲਈ ਤੀ ਪਤਾ ਨਹੀਂ ਕਿਹਾ ਤੂੰ ਹੀ ਪਹੁੰਚੇ ਅੱਛਾ ਅੱਛਾ ਮੈਂ ਸਮਝ ਗਿਆ ਉਹ ਗੱਡੀ ਗੁੱਡੀ ਖਰਾਬ ਹੋ ਗਈ ਹੋਣੀ ਰਾਹ 'ਚ ਉਹ ਸਰਦਾਰ ਸਾਹਿਬ ਗੱਡੀ ਕਾ ਨੂੰ ਉਹ ਤਾਂ ਸਾਈਕਲ ਤੇ ਆਉਂਦਾ ਅੱਛਾ ਪਰ ਇੱਕ ਗੱਲ ਆ ਸਾਡਾ ਪੁਰਾਣਾ ਸਾਈਕਲ ਨੂੰ ਗੱਡੀ ਨਾਲੋਂ ਵੀ ਤੇਜ਼ ਭਜਾਉਂਦਾ ਆਉਂਦਾ ਹੀ ਹੋਣਾ ਆਉਂਦਾ ਹੀ ਹੋਣਾ ਬਸ ਫੋਨ ਧੱਕ ਰਿਹਾ ਵਾ ਬੜੇ ਟਾਈਮ ਦਾ ਉਹ ਜਿੱਤੇ ਉਹ ਦਰਵਾਜੇ ਨੂੰ ਦੇਖ ਯਾਰ ਜਿੰਦਿਆਂ ਕਿਤੇ ਹਮ ਸਾਮਾ ਸਧਰ ਰੁਕਾ ਹੋਣ ਲੱਗਿਆ ਸੀ ਮੈਨੂੰ ਲੱਗਾ ਪ੍ਰਾਣਾ ਨੂੰ ਲੇਟ ਕਰਾ ਲੈਣਾ ਵੇ ਆ ਜਾਂਦਾ ਹੈ ਲੈ ਬਾਪੂ ਆਹੋ ਆ ਗਿਆ ਚਲੋ ਭੱਜ ਕੇ ਫੋਟੋ ਚਲੋ 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 ਫਟਾਫਟ ਹੋ ਤਿਆਰ ਹੋ ਚੰਗਾ ਪ੍ਰਾਣਾ ਡੰਡੇ ਤੇ ਆ ਹੈ ਆਂਦੇ ਨੂੰ ਫੜ ਲਿਓ ਹਾਂ ਬਾਪੂ ਇੱਕ ਗੱਲ ਦੱਸ ਉਮ ਮੇਰਾ ਸਾਲਾ ਡੰਡੇ ਤੇ ਚੜਦੇ ਕਿਉਂ ਆ ਜਦੋਂ ਨੂੰ ਪਤਾ ਵੀ ਉਹਨੂੰ ਕੈਂਚੀ ਆਉਂਦੀ ਆ ਵੀ ਤੂੰ ਕੈਂਚੀ ਦੇ ਮਰ ਜਾ ਸਾਡੀ ਕੁੜੀ ਦੇ ਵੀ ਸੱਟ ਮਾਰੇਗਾ ਮੈਂ ਤੈਰੀ ਕਰ ਲਾਂ ਮੜੀ ਜਿਹਨੂੰ ਫੜਨ ਦੀ ਉਹ ਕੀ ਕਰੀ ਜਾਣਾ ਖੜ ਜਾ ਖੜ ਜਾ ਉਹ ਕੁਸ਼ਤੀ ਨਹੀਂ ਲੜਨੀ ਪਰੋਣੇ ਨੂੰ ਡੰਡੇ ਤੋਂ ਉਤਾਰਨਾ ਹਾਂ ਬਸ ਆਂਦੇ ਨੂੰ ਫੜ ਲਈ ਜੱਛਾ ਓਏ ਆਹੋ ਬਾਪੂ ਡੰਡੇ ਤੇ ਉਤਾਰਨਾ ਆ ਗਿਆ ਉਹ ਫੜ ਲਾ ਫੜ ਲਾ ਉਹ ਫੜ ਆਹਾ ਆਹਾ ਉਹ ਫੜ ਲਾ ਫੜ ਲਾ ਫੜ ਲਾ ਫੜ ਲਾ ਫੜ ਲਾ ਆਹੋ ਸ਼ਾਬਾਸ਼ ਆ ਲੈ ਫਰਾ ਹੋਰ ਆ ਜੀ ਬਾਪੂ ਜੀ ਨਾ 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 ਬਚਾਉ ਰਹਿ ਗਿਆ ਬੰਤਸਿਆਂ ਆ ਹੈਗਾ ਨਿੱਕਾ ਸ਼ੁਕਰਾਂ ਵਾਲਕ ਦਾ ਠੀਕ ਲੈਂਡਿੰਗ ਹੋ ਗਈ ਐਂਦਾ ਸ਼ੁਕਰਾਂ ਡਿੱਗਣਾ ਪਈ ਓਏ ਪਰੌਣੇ ਆਏ ਨਹੀਂ ਡਿੱਗਣ ਦਿੰਦੇ ਅਸੀਂ ਤਾਂ ਕਦੇ ਟੁੱਕ ਟੋੜੇ ਲੈਂਡਿੰਗ ਨਹੀਂ ਦਿੰਦਾ ਤੈਨੂੰ ਕਿਵੇਂ ਡਿੱਗਣ ਦੇ ਦਿੰਦਾ ਮੋਢਾ ਕਾਤਾ ਛੋਟਾ ਜਿਹਾ ਪਰੌੜਾ ਕਾਦਾ ਲੱਬਿਆ ਲੰਬਾਈ ਤਾਰ ਰਿਹਾ ਬਸ ਉਹ ਚੱਲ ਛੱਡ ਯਾਰ ਆਪਾਂ ਇਹਨਾਂ ਦੇ ਪਰੌਣੇ ਤੋਂ ਕੀ ਲੈਣਾ ਆਪਣੇ ਵਾਲਾ ਮੁੰਡਾ ਤਾਂ ਪਸੰਦ ਹੈ ਆਪਣੇ ਸਸਰੀਕਾਰ ਰਿਸ਼ਤੇਦਾਰ ਜੀ ਮੈਂ ਕੁਰਸੀਆਂ ਲੈ ਆਉਣਾ ਇੱਕ ਮਿੰਟ ਆਹ ਜੀ ਆਪਣਾ ਨਿਕਾ ਆ ਬੈਠ ਭਾਈ ਬੈ ਜਾ ਆ ਲੈ ਪਰੌਣੇ ਆ ਜਾ ਇੱਧਰ ਬੈ ਜਾ ਆ ਲੈ ਵੱਡੀ ਕੁਰਸੀ ਤੇ ਬੈਠ ਆ ਸਾਫ਼ ਕਰ ਦੇ ਭਾਈ ਓਏ ਬੈ ਜਾ ਆ ਜੀ ਸਾਡੀ ਧੀ ਗੁੱਡੀ ਸ਼ਸ਼ੀਕਲ ਜੀ ਪਰਮਣੇ ਬਾਰੇ ਤਾਂ ਅਸੀਂ ਦੱਸ ਦਿੱਤਾ ਸੀ ਇਹ ਹੀ ਆ ਜੀ ਨਿੱਕਾ ਹੋਰ ਵੀ ਪ੍ਰੋਣਾ ਸਾਹਿਬ ਠੀਕ ਠਾਕ ਪਹੁੰਚ ਗਏ ਉਹ ਠੀਕ ਠਾਕ ਆਦਾ ਆ ਤੇਰੀ ਭੈਣ ਨੂੰ ਪੁੱਛ ਜੀਬ ਕਢਾਤੀ ਇਹਨੇ ਮੇਰੀ ਹਾਂ ਆ ਖੁੱਚਾਂ ਦੁਖੀ ਜਾਂਦੀਆਂ ਨੇ ਹਲੇ ਤੱਕ ਤਿੰਨ ਵਾਰਾ ਤਾਂ ਡੇਗ ਪਿਆ ਤੀਗਾ ਆ ਰਸਤੇ 'ਚ ਜੀ ਸ਼ਰਟ ਬਦ ਲਈ ਤਾਂ ਕੰਮ ਲੋਟ ਆਇਆ ਆਹੋ ਚੁੱਪ ਕਰਕੇ ਨਹੀਂ ਬੰਦੇ ਤੁਸੀਂ ਖੁੱਚਾਂ ਦੁਖਾਣਾ ਲੱਗੀਆਂ ਨਾ 10 ਕਿਲੋਮੀਟਰ 'ਚ ਚਲਾ ਕੇ ਕੀ ਆ ਗਏ ਐ ਕਰਦਾ ਜੇ ਮੋਤ ਪੈਂਦੀ ਹੋਵੇ ਬਾਪੂ ਜੀ ਕੁਛ ਨਹੀਂ ਹੋਇਆ ਇਹਨਾਂ ਨੂੰ ਤੁਹਾਨੂੰ ਪਤਾ ਤਾਂ ਹੈਗਾ ਸਾਈਕਲ ਚਲਾਉਂਦੇ ਹੋਏ ਡੰਡੇ ਤੋਂ ਇਹਨਾਂ ਦੇ ਪੈਰ ਨਹੀਂ ਪਹੁੰਚਦੇ ਪੈਡਲਾਂ ਤੱਕ ਬਸ ਤਾਂ ਕਰਕੇ ਡਿੱਗ ਗਏ ਸੀਗੇ ਸਾਰੇ ਮਿੱਟੀ 'ਚ ਪੂਰੀ ਤਰ੍ਹਾਂ ਲਿਬੜ ਗਏ ਸੀਗੇ ਮਸਾ ਕੱਪੜੇ-ਕੁੱਪੜੇ ਬਦਲਵਾ ਕੇ ਮੋਹਤਵਾ ਕੇ ਲੈ ਕੇ ਆਈਆਂ ਉਹ ਪੁਰਾਣੇ ਆ ਐਂ ਦੱਸ ਵੀ ਕੈਂਚੀ ਤੇ ਆਇਆ ਕਿ ਡੰਡੇ ਤੇ ਉਹ ਡੰਡੇ ਤੇ ਚੜਿਆ ਹੋਇਆ ਥੀ ਇਹ ਠੀਕ ਹੈ ਹਾਂਜੀ ਪ੍ਰੋਹਣ ਸਾਹਿਬ ਪਹਿਲਾ ਤੁਸੀਂ ਤੁਹਾਡੀ ਮੰਗ ਨੂੰ ਹੋਵੇ ਕੋਈ ਖਾਸ ਤਾਂ ਨਹੀਂ ਹੈਗੀ ਜੀ ਚਲ ਜਿਹੜੀ ਹੈਗੀ ਉਹ ਦੱਸ ਦੋ ਬਸ ਪ੍ਰਾਣੇ ਦਾ ਜਿਹੜਾ ਮਾਨਸਤਕਾਰ ਹੁੰਦਾ ਉਹ ਆਪਦਾ ਦੇਖ ਕੇ ਕਰ ਦਿਓ ਕਰਾਵਾਂ ਮਾਨਸਤਕਾਰ ਓਹੋ ਇਹ ਤਾਂ ਮਜ਼ਾਕੀਏ ਬੜੇ ਨੇ ਮਜ਼ਾਕ ਕਰਦੇ ਨੇ ਤੁਸੀਂ ਕਰੋ ਸ਼ਗਨ ਦੀ ਰਸਮ ਬੰਤ ਸਿਆਂ ਪ੍ਰਾਣੇ ਨਾਲ ਤਾਂ ਦਾਜ ਦਾ ਭੁੱਖਾ ਲੱਗਦਾ ਉਹ ਕੋਈ ਗੱਲ ਨਹੀਂ ਇਹਨੇ ਵਿਚਾਰੇ ਨੇ ਕੀ ਮੰਗਣਾ ਉਹ ਇਹ ਤਾਂ ਵਿਚਾਰਾ ਕੀ ਕਹਿੰਦਾ ਵੱਤ ਵੱਦਾ ਖੜਾਉਣ ਵਾਲੀ ਛੋਟੀ ਮੋਟੀ ਜਿਹੜੀ ਕਾਰਜੀ ਹੁੰਦੀ ਹੈ ਜਾਂ ਲੱਕੜ ਦਾ ਟਰੈਕਟਰ ਲੈ ਦਾਂਗੇ ਉਹਦੇ ਨਾਲ ਹੀ ਵਿਰਤ ਜਾਣਾ ਇਹਨੇ ਕੋਈ ਨਾ ਕੋਈ ਨਾ ਸੇਵਾ ਸੁਭਾ ਕਰਾਂਗੇ ਥੋੜੀ ਪਰੇ ਦੱਸੋ ਕਰਾਉਣੀ ਕਿਹੜੀ ਆ ਉਹ ਨਹੀਂ ਨਹੀਂ ਭਾਈ ਸਾਹਿਬ ਮੇਰਾ ਕੱਦ ਜ਼ਰੂਰ ਛੋਟਾ ਹੈ ਪਰ ਮੇਰੀ ਸੋਚ ਬਹੁਤ ਵੱਡੀ ਆ ਸਹੀ ਗੱਲ ਹੈ ਜੀ ਹਾਂ ਪਰ ਉਹਨਾ ਤੁਹਾਡਾ ਰੱਬ ਦੇ ਨਾਮ ਵਰਗਾ ਹੈ ਕੱਦ ਕੱਡ ਦਾ ਕੀ ਕਰਨਾ ਬੰਦੇ ਦਾ ਦਿਲ ਤਾਂ ਵੇਖੋ ਦਿਲ ਬਹੁਤ ਵੱਡਾ ਸਰਦਾਰ ਸਾਹਿਬ ਹਾਂ ਵੈਸੇ ਗੁੱਸਾ ਨਾ ਕਰਿਓ ਇੱਕ ਗੱਲ ਪੁੱਛਾਂ ਪੁੱਛੋ ਜੇ ਪ੍ਰੋਣ ਦੇ ਪੜਾ ਕੀ ਸਿਸਟਮ ਹੈ ਮੈਨੂੰ ਸਮਝ ਨਹੀਂ ਆਈ ਕਿਸੇ ਗੱਲ ਦੀ ਲੰਮਾ ਹੀ ਲਾਇਆ ਤੁਸੀਂ ਤਾਂ ਲੱਗਦਾ ਉਹ ਨਹੀਂ ਜੀ ਇਹਦਾ ਸਾਰੇ ਸੰਯੋਗਾਂ ਦੀ ਗੱਲ ਹੁੰਦੀ ਆ ਪਰ ਪ੍ਰੋਣਾ ਨਿਕਾ ਜ਼ਰੂਰ ਆ ਅੱਛਾ ਜੀ ਇਹਦਾ ਸੁਭਾਅ ਬਹੁਤ ਵਧੀਆ ਅੱਛਾ ਜਦੋਂ ਵੀ ਆਉਂਦਾ ਨਾ ਰੌਣਕਾਂ ਲੱਗ ਜਾਂਦੀਆਂ ਨੇ ਅਸੀਂ ਵੀ ਖੁਸ਼ ਆ ਸਾਡੀ ਕੁੜੀ ਵੀ ਖੁਸ਼ ਆ ਸਰਦਾਰ ਸਾਹਿਬ ਮੈਨੂੰ ਇੱਕ ਚੀਜ਼ ਬੜੀ ਚੰਗੀ ਲੱਗਦੀ ਹੈ ਜਿਵੇਂ ਇਸ ਬੱਚੇ ਦਾ ਦਿਲ ਨਾ ਮੈਂ ਤਾਂ ਕਹਿੰਦਾ ਸਾਰੇ ਬੱਚਿਆਂ ਦਾ ਦਿਲ ਇਦਾਂ ਦਾ ਹੋਣਾ ਚਾਹੀਦਾ ਬਿਲਕੁਲ ਸਾਫ਼ ਸੁਥਰਾ ਬੱਸ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਸਾਫ਼ ਹੋਣਾ ਚਾਹੀਦਾ ਹੁਣ ਕਰੋ ਜੀ ਸਗਨਾਂ ਦਾ ਕੰਮ ਭੈਣ ਜੀ ਸੱਚੀ ਗੱਲ ਹੈ ਭੈਣ ਜੀ ਅੱਜ ਜੀ ਖੁਸ਼ ਹੋ ਗਿਆ ਤੁਹਾਡੇ ਪਰੋਣੇ ਨੂੰ ਮਿਲ ਕੇ ਉਹ ਭਾਈ ਸਾਹਿਬ ਤੁਸੀਂ ਇਹਨੇ ਚਾਹ ਪਾਣੀ ਪੀਓ ਇਹਨੇ ਸੀ ਰੋਟੀ ਪਾਣੀ ਤਿਆਰ ਕਰਾਉਣੇ ਬੇਬੇ ਗੁੱਡੀ ਚਲੋ ਰੋਟੀ ਤਿਆਰ ਕਰੋ ਉਹ ਬਈ ਪਰੋਣਿਆ ਰੋਟੀ ਪਾਣੀ ਤਾਂ ਸੀ ਛੱਕ ਕੇ ਆਏ ਆ ਚਲੋ ਆਪਾਂ ਸ਼ਗਨ ਦੀ ਰਸਮ ਬადა ਕਰਦੇ ਆ ਚਲੋ ਠੀਕ ਹੈ ਜੀ ਆਪਾਂ ਐ ਕਰਦੇ ਆ ਚਾਹ ਪਾਣੀ ਪੀਨੇ ਆ ਨਾਲੇ ਸ਼ਗਨ ਦਾ ਕੰਮ ਨਹੀਂ ਮੇਟਦੇ ਆ ਠੀਕ ਹੈ ਚਲੋ ਆਓ ਜੀ 니 ਭੈਣ ਦਲੀਪੋ ਵਧਾਈਆਂ ਹੋਣ ਤੈਨੂੰ ਮੁੰਡੇ ਦਾ ਮੰਗਣਾ ਕਰਕੇ ਆਈਆਂ ਕੋਈ ਛੋਟੀ ਗੱਲ ਥੋੜੀ ਆ ਮੂੰਹ ਤਾਂ ਮਿੱਠਾ ਕਰਾ ਨਹੀਂ ਰੱਬ ਤੈਨੂੰ ਵੀ ਵਧਾਵੇ ਭਜਨ ਕਰੇ ਹੁਣ ਜੀਤੇ ਦੇ ਵਿਆਹ ਦੀ ਤਿਆਰੀ ਕਰ ਲੈ ਸੂਟ ਸ਼ਰਟ ਸਮਿਆ ਲੈ ਸਭ ਤੋਂ ਵੱਧ ਚਾ ਤੈਨੂੰ ਐ ਜੀਤੇ ਦੇ ਵਿਆਹ ਦਾ ਸਭ ਤੋਂ ਵੱਧ ਕਿੱਦਾਂ ਤਹੀਂ ਪਾਉਣਾ ਓਕੇ ਤੂੰ ਮੁੰਡੇ ਦੀ ਚਾਚੀ ਆ ਸੁਖ ਨਾਲ ਨਹੀਂ ਲੈ ਗੱਲਾਂ ਕੋਈ ਮੈਂ ਤਾਂ ਨੱਚਣਾ ਚ ਬੇੜਾ ਪੱਟ ਦੂੰ ਇੰਨਾ ਚਾ ਤਾਂ ਤੁਹਾਨੂੰ ਨਹੀਂ ਹੋਣਾ ਜਿੰਨਾ ਮੈਨੂੰ ਆ ਜੀਤੇ ਦੇ ਵਿਆਹ ਦਾ ਦੇਖ ਲੈ ਕੱਲ ਏਡਾ ਕ ਹੁੰਦਾ ਸੀ ਅੱਜ ਸੁਖ ਨਾਲ ਜਵਾਨ ਹੋ ਗਿਆ ਗੱਭਰੂ ਹੋ ਗਿਆ ਨਹੀਂ ਹੋਰ ਟਾਈਮ ਤਾਂ ਭੱਜੇ ਜਾਂਦਾ ਨੀ ਦਿਲੀਪ ਕਰੇ ਬਾਕੀ ਦਾ ਸਾਰਾ ਕੁਝ ਠੀਕ ਆ ਗੁੱਡੀ ਦੇ ਵਿਆਹ ਨੂੰ ਪਤਾ ਨਹੀਂ ਤੁਸੀਂ ਕੀ ਕੀਤਾ ਗੁੱਡੀ ਥੋੜੀ ਫੁੱਲਾਂ ਵਰਗੀ ਸੋਹਣੀ ਤੇ ਸੁਨੱਖੀ ਤੇ ਜਵਾਈ ਥੋੜਾ ਗੁੱਡੀ ਕੋਲ ਖੜਾ ਜਵਾਕ ਜਿਹਾ ਲੱਗਦਾ ਨਹੀਂ ਸਾਰਾ ਪਿੰਡ ਹੱਸਦਾ ਵਿਆਹ ਇਹਨਾਂ ਨੇ ਕੀ ਕੀਤਾ ਤੈਨੂੰ ਤਾਂ ਪਤਾ ਹੀ ਹੈ ਭੈਣੇ ਭਾਜਨ ਕਰੇ ਗੁੱਡੀ ਦਾ ਦੂਜਾ ਵਿਆਹ ਕਰਿਆ ਸੀ ਪਹਿਲਾਂ ਜਾਏ ਖਣੇਦਨ ਛੇੜੀ ਮਿਲ ਗਿਆ ਸੀ ਵਿਚੋਲੇ ਨੇ ਫਸਾਤਾ ਸੀ ਮਸਾਂ ਖੜਾ ਛਡਵਾਇਆ ਵਿਆਹ ਤਾਂ ਇੱਕੋ ਹੀ ਧੂਆ ਕਢਾ ਦਿੰਦਾ ਫੇਰ ਅਸੀਂ ਤਾਂ ਕਰਤਾ ਕੱਲ ਨੂੰ ਕੋਈ ਮੇਣਾ ਨਾ ਮਾਰੇ ਵੀ ਕੁੜੀ ਦੂਜੀ ਵਾਰ ਵਿਆਹੀ ਐ ਦੂਜੇ ਵਿਆਹ ਵਾਲੀ ਕੁੜੀ ਨੂੰ ਤਾਂ ਸੱਸ ਸਹੁਰਾ ਤਾਂ ਇੰਨੇ ਮੇਨੇ ਮਾਰਦੇ ਨੇ ਸੁਣੇ ਨਹੀਂ ਜਾਂਦੇ ਨਹੀਂ ਗੱਲ ਤਾਂ ਤੇਰੀ ਠੀਕ ਆ ਭੈਣੀ ਕਦ ਗੱਠ ਕੀ ਕਰਨੀ ਆ ਜੇ ਦਿਲਾਂ 'ਚ ਹੀ ਜ਼ਹਿਰ ਭਰਿਆ ਹੋਵੇ ਇਹ ਹੀ ਸਾਰਾ ਕੁਝ ਸੋਚ ਕੇ ਕੀਤਾ ਸੀ ਨਿੱਕਾ ਸੁਨਾਲਾ हां ਭੈਣੇ ਸਾਡੇ ਜਵਾਈ ਵਰਗਾ ਤਾਂ ਕਿਤੇ ਕਿਤੇ ਠਹਿਉਣਾ ਵੀ ਨਹੀਂ ਤੇ ਨਾ ਹੀ ਹੋਇਆ ਚੱਲ ਵਧੀਆ ਰਾਜੀ ਖੁਸ਼ੀ ਰਹਿਣ ਆਪਣਾ ਦੋਨੋਂ ਜਣੇ ਚੱਲ ਚੰਗਾ ਭੈਣੇ ਮੈਂ ਚੱਲਦੀ ਆਂ ਨਹੀਂ ਬੈਹ ਜਾ ਚਾਹ ਪੀ ਕੇ ਜਾਈ ਚਾਹ ਕਰੀ ਪਈ ਆ ਮੈਂ ਲੈ ਕੇ ਆਉਣੀ ਆ ਨਹੀਂ ਲੈ ਭੈਣੇ ਚਾਹ ਪੀ ਸਾਨੂੰ ਤਾਂ ਚੰਗਾ ਐ ਭੈਣੇ ਅੱਜ ਤੱਕ 1 ਰੁਪਏ ਦੀ ਮੰਗ ਨਹੀਂ ਕਰੀ ਸਾਡੇ ਕੋਲੋਂ ਕਿੰਨੀ ਵਾਰ ਕਹਾਂ ਨਿੱਕਾ ਸੋਨੂ ਵੀ ਜੇ ਕਿਸੇ ਚੀਜ਼ ਦੀ ਲੋੜ ਹੋਈ ਸਾਨੂੰ ਦੱਸ ਦੇ ਅੱਗੋ ਪਤਾ ਕੀ ਕਹਿੰਦਾ ਬੇਬੇ ਜੀ ਪੈਸਾ ਤਾਂ ਰਿਸ਼ਤੇਦਾਰੀ ਵਿੱਚ ਫਰਕ ਪਵਾ ਦਿੰਦਾ ਐਨਾ ਸਹਣਾ ਸਾਡਾ ਜਮਾਈ ਮੈਂ ਤਾਂ ਕਹਿੰਨੀ ਆ ਨਿੱਕਾ ਸੋਨੂ ਵਰਗੇ ਘਰ ਘਰ ਪੁੱਤ ਜੰਮਣ ਅੱਛਾ ਏਡੇ ਏਡੇ ਨਹੀਂ ਨਹੀਂ ਇਦਾਂ ਦੇ ਸਾਫ਼ ਦਿਲ ਦੇ ਸਮਝਦਾਰ ਕਹਿਣੀ ਆਂਗੀ ਸਾਡੇ ਪਰੌਣੇ ਨੂੰ ਤਾਂ ਪੈਸੇ ਦਾ ਭੋਰਾ ਲਾਲਚ ਨਹੀਂ ਭਜਨ ਕਰੇ ਤੂੰ ਸਹੀ ਕਹਿਣੀ ਆਂ ਦਲੀਪ ਕੁਰੇ ਅ ਸ਼ਿੰਬਿਆਂ ਦੇ ਹਰਜੀਤ ਦੇ ਵਿਆਹ ਨੂੰ 6 ਮਹੀਨੇ ਨਹੀਂ ਹੋਏ 6 ਮਹੀਨੇ ਬਾਅਦ ਹੀ ਬਹੁਤੋ ਗੱਡੀ ਮੰਗ ਲਈ ਕਹਿੰਦੇ ਨਹੀਂ ਗੱਡੀ ਲੈ ਕੇ ਆਓ ਨਹੀਂ ਆਪਣੀ ਕੁੜੀ ਨੂੰ ਲੈ ਜਾਓ ਕਲੇਸ਼ ਪਿਆ ਹੋਇਆ ਉਹਨਾਂ ਦੇ ਘਰੇ ਅਸੀਂ ਤਾਂ ਕਹਿ ਹੈਗਾ ਵੀ ਕਈ ਵਾਰੀ ਲੋੜ ਆ ਤਾਂ ਲੈ ਲੈ ਕਹਦਾ ਨਾ ਵੇ ਪੇਜੀ ਸਾਰਾ ਕੁਛ ਹੈਗਾ ਜਵਾਬ ਦੇ ਦਿੰਦਾ ਔਖਾ ਸੌਖਾ ਟਾਈਮ ਵੀ ਨਿੱਕਾ ਸੋਂ ਆਪ ਹੀ ਕਢ ਲੈਂਦਾ ਕਿਸੇ ਅੱਗੇ ਹੱਥ ਨਹੀਂ ਅੜਦਾ ਸੱਚ ਕਹਿਣੀ ਹੈ ਭੈਣੀ ਤੂੰ ਉਹਨਾਂ ਦੀ ਤਾਂ ਬਹੂ ਵੀ ਬਾਲੀ ਅੜਬਾ ਇਸ ਗੱਲੋਂ ਸਾਡੇ ਨਿੱਕਾ ਸੋਂ ਵਰਗਾ ਕੋਈ ਨਹੀਂ ਹੋਏਗਾ ਇੰਨਾ ਟਾਈਮ ਤਵ ਨੇ ਸਾਈਕਲ ਤੀ ਕਢਤਾ ਪਰ ਕਦੇ ਨਹੀਂ ਕਿਹਾ ਵੀ ਸਾਨੂੰ ਨਵਾਂ ਸਾਈਕਲ ਲੈ ਦੇ ਥੋਡੀ ਕੁੜੀ ਤਾਂ ਸੁਖ ਨਾਲ ਬਾਲੀਓ ਚੰਗੇ ਸੁਭਾਅ ਦੀ ਆ। ਨਹੀਂ ਹੋਰ ਸਸੀ ਸਾੜੀ ਤਾਂ ਬਹੁਤ ਕਰਮਾ ਵਾਲੀ ਆ। ਠੀਕ ਠਾਕ। ਹੋਰ ਘਰੇ ਸਭ ਠੀਕ ਆ? ਹਾਂ ਹਾਂ ਸਭ ਠੀਕ ਆ। ਉਹ ਚਾਚੂ ਬੁਲਾਈਆ ਚਾਚੀ ਨੂੰ। ਕਿ ਗੱਲਾਂ ਨਾਲੇ ਸਾਰ ਤਾਂ। ਵੇ ਪਿਆ ਤੀ ਹੁਣੇ ਪਿਆ ਕੇ ਹਟੀਆਂ। ਅੱਛਾ ਇੱਕ ਨਾ ਗੁੱਡੀ ਦਾ ਫੋਨ ਆਇਆ ਸੀ। ਤੂਮਰ ਬਾਪੂ ਜਾਇ ਆਉਂਦੇ ਨਾਲੇ ਦੀਵਾਲੀ ਦੇ ਆਉਂਦੇ। ਵੇ ਜਾਣਾ ਤਾਂ ਹੈਗਾਗਾ। ਟਾਈਮ ਹੀ ਨਹੀਂ ਲੱਗਦਾ। ਉੱਚੋਂ ਕੀ ਤਰ੍ਹਾਂ ਆਪੋ ਨੂੰ ਜਾ ਕੇ ਅਮ ਚਲੋ ਠੀਕ ਆ ਜਾਇਓ ਉਹ ਵੀ ਖਾ ਸਕੀ ਜਾਨੀ ਸੀ ਕਹਿੰਦੀ ਆਉਂਦੇ ਨਹੀਂ ਉਹ ਚਾਚੀ ਓਏ ਤੂੰ ਵੀ ਘਰ ਕੋ ਗਰਸਮਾਲਾ ਹੁਣ ਵਿਆਹ ਚ ਪੂਰਾ ਗਾਹ ਪੋਣਾ ਤੂੰ ਸਭ ਤੋਂ ਵਧੀਆ ਮੇਲਣ ਤੂੰ ਹੀ ਹੋਏਂਗੀ ਮੇਰੇ ਵਿਆਹ ਚ ਓ ਮੈਂ ਤੈਨੂੰ ਦੇਖਿਆ ਸੀ ਨੰਬਰਦਾਰਾਂ ਦੇ ਵਾਲੇ ਦੇ ਵਿਆਹ ਚ ਨੱਚਦੇ ਨੂੰ ਬੜੀ ਸੋਹਣੀ ਲੱਗਦੀ ਸੀ ਧਰਮਨਾਲਾ ਜਦੋਂ ਨੱਚਦੀ ਸੀ ਨਾ ਐ ਕਰਕੇ ਐਂ ਕੀਤਾ ਸੀ ਨਾ ਨੇਹਰੀਆਂ ਲਿਆ ਦਿਆਂ ਜੀ ਤਾਂ ਮੇਉ ਉਹ ਤਾਂ ਜਵਾਨੀ ਦਾ ਜੋਰ ਸੀ ਜੀਤੇ ਉਦੋਂ ਤਾਂ ਨੱਚ-ਨੱਚ ਕੇ ਧਰਤੀ ਪੱਟ ਦਿੰਦੇ ਸੀ ਤਿੰਨ ਚਾਰ ਦਿਨ ਪਹਿਲੇ ਹੀ ਗੌਣ ਬਹਿ ਜਾਂਦੀਆਂ ਸੀ ਉੱਥੇ ਹੁਣ ਨਹੀਂ ਉਹ ਗੱਲਾਂ ਰਹਿ ਗਈਆਂ ਚੱਲ ਚੰਗਾ ਪਹਿਣੀ ਮੈਂ ਚੱਲਦੀ ਆ ਤੇਰਾ ਦਿਓ ਢੀਕਦਾ ਹੋ ਚੰਗਾ ਫਿਰ ਚਾਚੀ ਤਿਆਰ ਰਹੀ ਵਿਆਹ ਲਈ ਬਿਹਾ ਆ ਲੈ ਸੂਟ ਸੌਣ ਲਈ ਬਿਹਾ ਰਹੀ ਆ ਬੇਬੇ ਉਹ ਮੇਰੇ ਵਾਸਤੇ ਬਣਾ ਕੋਟਕਚਾ ਬਣਾ ਦਿੰਨੇ ਆ ਹੋਰ ਆ ਨਲਿਆ ਲੈਣੀ ਪਲੇਟ ਚੱਕ ਕੇ ਬੇ ਚੰਗਾ ਬੇਬੇ ਹੋਰੇ ਤਾਂ ਹਟਦੇ ਨਹੀਂ ਗੱਲਾਂ ਮਾਰਨੂ ਇੱਥੇ ਤਾਂ ਮੜਾ ਦਾ ਕੰਮ ਕਰਨ ਵਾਲੇ ਥੱਕ ਜਾਂਦੇ ਆ ਲਿਆ ਘਰ ਲੈ ਚੀਲੂ ਚੀਪਾ ਕਿ ਕੰਡੇ ਵਾਲੀ ਚਾ ਹਾਂ ਮੰਮੀ ਮਾਰਜਾ ਮਾਰਜਾ ਕਿਹੜਾ ਅਸੀਂ ਤਾਂ ਆਪ ਕਹਿ ਕੇ ਗਏ ਸੀ ਤੁਹਾਨੂੰ ਨਾਲੇ ਬੇਬੇ ਵਧਾਈਆਂ ਹੁਣ ਤੁਹਾਨੂੰ ਸਸਰੀਕਾਲ ਹੁੜੇ ਕਾਧੀਆਂ ਵਧਾਈਆਂ ਨੀ ਕੀਦੇ ਸਮਾ ਤੂੰ ਤਾਂ ਖੁਸ਼ੀ ਚ ਅੱਧੇ ਪਿੰਡੇ ਚ ਲੱਡੂ ਵੰਡੇਗੀ ਲੱਡੂ ਉਹ ਤੁਹਾਡੇ ਜਵਾਈ ਨੂੰ ਸਾਈਕਲ ਚਲਾਣਾ ਆ ਗਿਆ ਉਹ ਵੀ ਡੰਡੇ ਤੇ ਬਹਿ ਕੇ ਮੈਂ ਤਾਂ ਬਾਲੀ ਖੁਸ਼ ਆ ਅੱਛਾ ਲੈ ਦੱਸੋ ਮੈਂ ਤਾਂ ਕਿਆ ਪਤਾ ਨਹੀਂ ਕਾਧੀਆਂ ਵਧਾਈਆਂ ਦਿੰਦੀ ਆ ਲੈ ਬੇਬੇ ਇਹ ਕੋਈ ਛੋਟੀ ਗੱਲ ਹੈ ਹੁਣ ਜੋ ਤੁਹਾਡੇ ਕੋਲੇ ਆਵਾਂਗੇ ਨਾ ਸਾਈਕਲ ਟੰਡੇ ਤੇ ਚੜਕੇ ਚਲਾ ਕੇ ਲੈ ਕੇ ਆਵਾਂਗੇ ਨਹੀਂ ਚੱਲ ਚੰਗਾ ਕੈਦੀ ਨਿਕਾਸ ਨੂੰ ਵੀ ਅਸੀਂ ਆਵਾਂਗੇ ਕੱਲ ਨੂੰ ਹਾਂ ਹਾਂ ਬੇਬੇ ਕਹਿ ਦੂੰਗੀ ਚੰਗਾ ਸ਼ਸ਼ੀ ਕਲ ਮੈਂ ਦੇਖਾਂ ਇਹਨੂੰ ਕੀ ਹੋਇਆ ਮੈਂ ਕਿਹਾ ਜੀ ਸੁਣਦਾ ਓਏ ਆ ਜਾ ਹੁਣ ਆ ਗਈ ਆ ਗਈ ਅੰਦਰ ਕੀ ਕਰਿਆ ਨੀਆ ਉੱਥੇ ਬਸ ਲੰਘ ਜੂਗੀ ਉਹ ਜਿੱਤੇ ਹਾਂ ਬਾਪੂ ਉਹ ਰਿਆ ਅਸੀਂ ਚੱਲਿਆ ਗੁੱਟੀ ਲਵੇ ਹੈ ਤੂੰ ਘਰ ਦਾ ਖਿਆਲ ਰੱਖੀ ਚੰਗਾ ਹਾਂ ਹਾਂ ਤੁਸੀਂ ਜਾਓ ਤੇ ਨਾਲੇ ਗੱਲ ਸੁਣੋ ਨਾਲੇ ਪਰੌਣੇ ਨੂੰ ਕਹਿ ਦਿਓ ਵੀ ਵਧੀਆ ਜਿਹਾ ਪੈਂਟ ਕੋਟ ਬਣਵਾ ਲੈ ਵਿਆਹ ਵਾਸਤੇ ਕਿਤੇ ਉਹੀ ਪੁਰਾਣੇ ਜਿਹੇ ਕੱਪੜੇ ਪਾ ਕੇ ਆ ਜੇ ਓਏ ਉਹਦੇ ਬਾਤੇ ਤਾਂ ਸਪੈਸ਼ਲ ਬਣਾਣਾ ਪਊ ਉਹ ਤਾਂ ਮਿਲਣਾ ਨਹੀਂ ਉਹਦੇ ਮੇਜ ਦਾ ਬਣਵਾ ਦਾਂਗੇ ਇੱਕੋ ਇੱਕ ਤਾਂ ਪਰੌਣਾ ਸੁੱਖ ਨਾਲ ਉਹ ਵੀ ਇੰਨਾ ਚੰਗਾ ਓ ਚੱਲ ਹੁਣ ਪੂਰੀ ਖੜੀ ਪਰੌਣੀ ਦੀ ਤਰੀਫਾਂ ਕਰੀ ਜਾਣਗੀਆਂ ਉਧਰੋਂ ਬੱਸ ਲੰਘੇ ਜਾਣੀਆਂ ਚਲੋ ਚੱਲ ਠੀਕ ਆ ਫਿਰ ਜਾਓ ਤੁਸੀਂ ਟੈਕਟਾਂ ਲੰਘ ਜਾਓ ਚਲਾ ਛੇਤੀ ਹੁਣ ਬੇਬੇ ਵੀ ਨਾ ਅਹੀਂ ਕਹਿੰਦੀਆ ਬਣਵਾ ਦਿਆਂਗੇ ਦੇ ਦੇਾਂਗੇ ਹਰ ਚੀਜ਼ ਕਹ ਦੂ ਦਵਾ ਦਾਂਗੇ ਓ ਜਿੱਤੇ ਆ ਬਾਹਰ ਲਾ ਲਈ ਹਾਂ ਹਾਂ ਲਾਉਣਾ ਬਾਹਰ ਜਿੱਦਾ ਲਾ ਲਈ ਦੇਖ ਕੇ ਜਾਓ ਬੱਸ ਨਾ ਲੰਗਾ ਲਿਓ ਉਹ ਸਾਰਾ ਦਿਨ ਇੱਥੇ ਰੀਲਾ ਬਣਾਈ ਜਾਂਦੇ ਉਧਰ ਰੋਟੀ ਪਾਣੀ ਵੀ ਬਣਾ ਲਾ ਜਾ ਕੇ ਜਿਵੇਂ ਦੋ ਘੜੀ ਰੀਲਾ ਕੀ ਬਣਾਉਣ ਲੱਗੀ ਵੇਖਤਾ ਸੀ ਕਿ ਮੈਂ ਚਲੂਣੇ ਲੜਦੇ ਨੇ ਸਾਰਾ ਦਿਨ ਤੈਨੂੰ ਰੋਟੀ ਦੀ ਪਈ ਰਹਿੰਦੀ ਆ ਸਵੇਰੇ ਰੋਟੀ ਦੁਪਹਿਰੇ ਰੋਟੀ ਸ਼ਾਮ ਨੂੰ ਰੋਟੀ ਤੇਰਾ ਢਿੱਡਾ ਇਹ ਟੋਆ ਜਿਹੜਾ ਸਾਰਾ ਦਿਨ ਭਰਦਾ ਹੀ ਨਹੀਂ ਹੈਗਾ ਨਾਲੇ ਤੈਨੂੰ ਪਤਾ ਹੀ ਆ ਅੱਜ ਮੰਮੀ ਉਹਨਾਂ ਨੇ ਆਣਾ ਜਦੋਂ ਆਣਗੇ ਮੈਂ ਉਹਦੀ ਰੋਟੀ ਬਣਾਉ ਕਿਤੇ ਨੂੰ ਮਰ ਚਲੇ ਤੂੰ ਰੋਟੀ ਬਿਨਾ ਵੇ ਜਦ ਦੇਖ ਕੇ ਆ ਗਏ ਤੇ ਉਹ ਆਏ ਨੇ ਜਾਂ ਨਹੀਂ ਅਜੰਦਾ ਮਿੰਟ ਬਾਅਦ ਰੀਲੀ ਬਣਾ ਲੈਨੀ ਹੈ ਚਲ ਮੈਂ ਅਹ ਠੀਕ ਹੈ ਸ਼ਸ਼ੀਕਲ ਬਾਪੂ ਜੀ ਸ਼ਸ਼ੀਕਲ ਬਾਪੂ ਜੀ ਆਜੋ ਆਜੋ ਕਿਰਪਾ ਹੋਰ ਠੀਕ ਹੈ ਹਾਂ ਠੀਕ ਹੈ ਬੈਠੋ ਬੈਠੋ ਤੁਸੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖੜਾ ਕੀ ਚੱਕੀ ਜਣਾ ਕੁਰਸੀ ਚੱਕ ਲਿਆ ਉਰੀ ਬਹਿ ਜਾ ਬਹਿ ਜਾ ਬਹਿ ਜਾ ਲੈ ਇੱਥੇ ਹੀ ਬਹਿ ਜਾ ਬਹਿ ਜਾ ਗੁੱਡੀ ਤੂੰ ਬਹਿ ਜਾ ਬਹਿ ਜਾ ਬਹਿ ਜਾ ਹੋਰ ਸੁਣਾ ਪੁੱਤ ਚੱਲ ਵਧੀਆ ਕੀਤਾ ਬੇਬੇ ਜੀ ਤੁਸੀਂ ਆ ਗਏ ਕਿੰਨਾ ਚਿਰ ਹੋ ਗਿਆ ਸੀ ਤੁਸੀਂ ਗੇੜਾ ਹੀ ਨਹੀਂ ਮਾਰਿਆ ਸੀ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲੈ ਕੇ ਆਨੀ ਆ ਉਹ ਕੋਈ ਨਾ ਗੁੱਡੀਏ ਤੈਨੂੰ ਪਤਾ ਤਾਂ ਹੈਗਾ ਕੰਮਾਂ ਕਾਰਾਂ ਜੋ ਔਖਾ ਹੁੰਦਾ ਟਾਈਮ ਕੱਢਣਾ ਹੋਰ ਆ ਸਾਨੂੰ ਦੇਖ ਲਓ ਬਾਪੂ ਜੀ ਜਦੋਂ ਕੋਈ ਫੋਨ ਕਰਦਾ ਉਹਦੀ ਚਲਾਈ ਜਾਂਦਾ ਸਾਡੇ ਕੋਲੇ ਤਾਂ ਟਾਈਮ ਵੀ ਟਾਈਮ ਆ ਬਾਪੂ ਜੀ ਬਹੁਤ ਯਾਗੀ ਵੀ ਨਾਲੇ ਜੀਤੇ ਨੂੰ ਲਿਆ ਉਹਦੇ ਨਾਲ ਮਿਲ ਜਾਂਦਾ ਬੇਬਸ ਪੁੱਤ ਘਰੇ ਜਿੰਦਾ ਲਾਉਣਾ ਪੈਂਦਾ ਨਾਲੇ ਡੰਗਰ ਪਸ਼ੂ ਦਾ ਔਖਾ ਹੋ ਜਾਂਦਾ ਚਲੋ ਬੇਬੇ ਜੀ ਮੈਂ ਚਾਹ ਲੈ ਕੇ ਆਉਣੀ ਆ ਓਹ ਹੋਰ ਭਾਈ ਨਿੱਕਾ ਸਿੰਘ ਜੀ ਆ ਗਿਆ ਜਮਾ ਡੰਡੇ ਤੇ ਚਲਾਉਣਾ ਹਾਂ ਹਾਂ ਬਾਪੂ ਜੀ ਸਾਡੇ ਪਿੰਡ ਤਾਂ ਗੱਲਾਂ ਹੁੰਦੀਆਂ ਨੇ ਬਾਪੂ ਜੀ ਲਿਆਓ ਭਾਈ ਨਿੱਕਾ ਸੇ ਨੂੰ ਦੂਣੀ ਪੀਣੀ ਬਾਪੂ ਜੀ ਹੁਣੀ ਪੀ ਕੇ ਹਟਿਆ ਜਾ ਆ ਗੁੱਡੀ ਨੇ ਹੁਣੀ ਬਣਾਈ ਤੀ ਜਾ ਬਹੁਤ ਸਿਆਣੀ ਆ ਸਾਡੀ ਗੁੱਡੀ ਬੇਬੇ ਇੱਕ ਗੱਲ ਪੁੱਛਾਂ ਹਰਜੀਤ ਕਿਉਂ ਨਿਬੜ ਗਿਆ ਸੀ ਬਹੂ ਵਾਲਾ ਰੋਲਾ ਨਿੱਕਾ ਨੂੰ ਕੋਈ ਉਹਨਾਂ ਦਾ ਕੁੜੀ ਛੜਤੀ। ਉਹ ਕੀ ਗੱਲ ਹੋ ਗਈ ਬਾਬੇ ਜੀ? ਕੁੜੀ ਕੋ ਛੜਤੀ ਉਹਨਾਂ ਨੇ? ਨਹੀਂ ਪੁੱਛ ਨਾ। ਪਿਆ ਤੋਂ ਬਾਅਦ। ਨਹੀਂ ਉਹਨਾਂ ਦਾ ਪਰੋਣਾ ਐਡਾ ਲਾਲਚੀ ਹੋ ਗਿਆ। ਕਦੇ ਤਾਂ ਗੱਡੀ ਮੰਗ ਲੈਂਦਾ। ਕਦੇ ਕਹਿੰਦਾ ਮੈਨੂੰ ਸਿਉਨਾ ਘੱਟ ਪਾਇਆ। ਕਦੇ ਕਹਿੰਦਾ ਆਹ ਲੈਣਾ, ਕਦੇ ਕਹਿੰਦਾ ਮੈਨੂੰ ਉਹ ਦੇ ਦਿਦੋ। ਕਦੇ ਕਹਿੰਦਾ ਮੈਨੂੰ ਨਗਦ ਪੈਸੇ ਦੇ ਦਿਦੋ। ਕਦੇ ਸਕੂਟਰ ਮੰਗਦਾ ਹੈ। ਕਦੇ ਕਹਿੰਦਾ ਸਿਉਨਾ ਮੈਨੂੰ ਹੋਰ ਪਾਓ। ਹੁਣ ਕਹਿੰਦਾ ਮੈਂ ਬਾਹਰਲੇ ਮੁਲਕ ਜਾਣਾਗਾ ਮੈਨੂੰ 20 ਲੱਖ ਰੁਪਈਆ ਦਿਓ ਜੇ ਨਹੀਂ ਦਿਓਗੇ ਫਿਰ ਮੈਂ ਕੁੜੀ ਛੱਡ ਦੂੰ ਬੇਬੇ ਬੰਦੇ ਦੀ ਸੋਚ ਨਹੀਂ ਛੋਟੀ ਹੋਣੀ ਚਾਹੀਦੀ ਕੱਦ ਭਵੇਂ ਛੋਟਾ ਹੀ ਹੋਵੇ ਬਾਕੀ ਬਾਪੂ ਜੀ ਆਪਾਂ ਆਪਣੇ ਮਾਣ ਹੁੰਦੇ ਰਗੇ ਕਈ ਇੱਥੇ ਕੰਡਿਆਂ ਨਾਲ ਨਿਵਾ ਜਾਂਦੇ ਨੇ ਕਈ ਇੱਥੇ ਫੁੱਲਾਂ ਨਾਲ ਵੀ ਨਿਵਾ ਸਕਦੇ ਹਾਂ ਪੁੱਤ ਆਹੀ ਗੱਲਾਂ ਦਾ ਤੇਰੀਆਂ ਵਧੀਆਂ ਲੱਗਦੀਆਂ ਸਾਨੂੰ ਬੰਦੇ ਦਾ ਕੱਦ ਨਹੀਂ ਦੇਖਣਾ ਚਾਹੀਦਾ ਉਹਦੀ ਸੋਚ ਪਰਖਣੀ ਚਾਹੀਦੀ ਆ ਸਾਨੂੰ ਤੇਰੇ ਤੇ ਬਹੁਤ ਮਾਣ ਆ ਤੇਰਾ ਕੱਦ ਪਰੋਣਾ ਭਾਵੇਂ ਛੋਟਾ ਪਰ ਤੇਰੀ ਸੋਚ ਬਹੁਤ ਵੱਡੀ ਆ ਮੈਂ ਕਈ ਬੰਦੇ ਨੂੰ ਦੇਖਿਆ ਉਹ ਛੋਟੇ ਕੱਦ ਵਾਲੇ ਨਾ ਮਜ਼ਾਕ ਉਡਾਉਂਦੇ ਨੇ ਪਰ ਇਸ ਤਰ੍ਹਾਂ ਕਿਸੇ ਦਾ ਮਜ਼ਾਕ ਨਹੀਂ ਡਾਣਾ ਚਾਹੀਦਾ ਅਸੀਂ ਬਹੁਤ ਮਜ਼ਾਕ ਡਾਉਂਦੇ ਆ ਪੁੱਤ ਨਿੱਕੇ ਤੂੰ ਬਹੁਤ ਸਿਆਣਾ ਗਾ ਅੱਜ ਤੱਕ ਕਦੇ ਵੀ ਸਾਥੋਂ ਕੋਈ ਜਵਾਨੀ ਦੀ ਚੀਜ਼ ਨਹੀਂ ਮੰਗੀ ਲੋਕ ਤੇਰੇ ਬਾਰੇ ਸਾਨੂੰ ਜੋ ਮਰਜ਼ੀ ਕਹਿਣ ਸਾਡੇ ਦਿਲ ਚ ਤਾਂ ਤੇਰੇ ਲਈ ਐਦਾਂ ਹੀ ਸਤਕਾਰ ਬਣਿਆ ਰਹੂ ਸਹੀ ਕਹਿਨੇ ਬੇਬੇ ਜੀ ਇਹ ਜੇ ਬੰਦੇ ਦਾ ਕੀ ਕਰਨਾ ਜਿਹੜਾ ਸਾਰਿਆਂ ਨੂੰ ਦੁਖੀ ਕਰਕੇ ਰੱਖਦਾ ਹੋਵੇ ਸੱਚੀ ਬੇਬੇ ਮੈਂ ਤਾਂ ਬਹੁਤ ਖੁਸ਼ ਹਾਂ ਤੁਹਾਡੇ ਜਵਾਈ ਨਾਲ ਬਾਪੂ ਸਿੰਘ ਜੀ ਮੈਂ ਵੀ ਬਹੁਤ ਖੁਸ਼ ਆ ਛੋਟੀ ਗੁੱਡੀ ਨਾਲ ਨੇਕਾ ਸਿੰਘ ਜੀ ਆ ਤੇਰੇ ਵੱਤ ਨਾਲ ਕੋਟ ਪੈਂਟ ਦਾ ਕਪੜਾ ਲਿਆਂਦਾ ਇਹ ਸਮਾ ਲਈ ਤੂੰ ਉਹ ਨਹੀਂ ਨਹੀਂ ਬਾਪੂ ਸਿੰਘ ਜੀ ਮੈਂ ਤਾਂ ਆਪਣੇ ਪੈਸਾ ਨਾਲ ਐ ਕਿਛ ਬਿਆਂਗਾ ਛੋਟਾ ਤਾਂ ਇੱਕ ਪੰਜੀ ਦੀ ਚੀਜ਼ ਹੀ ਨਹੀਂ ਲੈਣੀ ਆਪਾਂ ਨੇ ਕੀ ਬਾਤ ਆ ਬਰੋਣਾ ਤਾਂ ਹੀ ਤਾਂ ਮਾਣਾ ਸਾਨੂੰ ਤੇਰੇ ਤੇ ਹੈ ਸ਼ਾਬਾਸ਼ ਸਲਾਮਾ ਤੇਰੀ ਸੋਚ ਨੂੰ ਤੇਰਾ ਕਾਦੀ ਛੋਟਾ ਪਰ ਤੇਰੀ ਸੋਚ ਬਹੁਤ ਵਟਿਆ ਇਹ ਕਿਸੇ ਕਿਸੇ ਬੰਦੇ ਦੇ ਗੁਣ ਹੁੰਦੇ ਨੇ ਜਿਉਂਦਾ ਰਹੇ ਠੀਕ ਆ ਬਾਪੂ ਜੀ ਅੱਛਾ ਨਿਕਸਿਆ ਇੱਕ ਗੱਲ ਹੋ ਰਹੀ ਪੁੱਛਣੋਂ ਕਿਹੜੀ ਬਾਪੂ ਸਿੰਘ ਜੀ ਉਹ ਸਾਈਕਲ ਨੂੰ ਡੰਡੇ ਤੇ ਚਲਾਉਣ ਲੱਗ ਗਿਆ ਹਲੇ ਵੀ ਕੈਂਚੂ ਚਲਾਉਣਾ ਬਾਪੂ ਸਿੰਘ ਜੀ ਹੋਂਟਾ ਮੈਂ ਸਾਈਕਲ ਦੀ ਰੇਲ ਬਣਾਣਾ ਨਾ ਅੱਛਾ ਹੈ ਜੇ ਤੁਸੀਂ ਟੱਟ ਦੇਖਣੀ ਆ ਤਾਂ ਆ ਜਾਓ ਮਾਰੇ ਸਾਈਕਲ ਕਦੇ 10 ਤੇ ਕਦੇ 20 ਤੇ ਕਦੇ 10 ਤੇ ਕਦੇ 20 ਤੇ ਆਏ ਚੱਲਦਾ ਮਾਰੋ ਮਾਰ ਆ ਪੁੱਛ ਲੋ ਤੇ ਛੋਟੀ ਕੁੜੀ ਨੂੰ ਕਿਉਂ ਕੁਟੀ ਠੀਕ ਕਹਿੰਦਾ ਹੈ ਵਾਓ ਆ ਵੀ ਸਾਈਕਲ ਨਾਲ ਬਹੁਤ